सरहद का सूबा लाहौर वाले की गल नहीं मनता, लाहौर वाला किस पिशौर वाले की नहीं मनता, पिशौर वाला मुल्तान वाले की नहीं सुनता, वो अगों कश्मीर वाले की नहीं सुनता। 22 सूबे हिंदुस्तान दे आपस में फट गए। आपे ही नादर नूं बुला लिया भी तू हमला कर दे हिंदुस्तान ते। जो आपस से फुट पै जांदी ना, भरा दा भरा वैरी बन जांदा, उदों फिर दुश्मन नूं बुला लैंदे, तू मेरी मदद ते आ जा। दुश्मन ते किसे दा सक्का नहीं हुंदा। उस वेले दिल्ली दा जो बादशाह सी औरंगजेब दा पड़पोतरा सी, उहदा नां सी मुहम्मद शाह रंगीला। रंगीला क्यों सी? उह है ही रंगीला सी। कहिंदे जदों नादर दी चिट्ठी आई ना रंगीले दे कोल, उह दारू दे प्याले दे बुल्लां नूं ला रिहा सी। उस वेले हर वेले शराब पीणी, हर वेले नाच गाणा देखणा, मस्त रहना रंगीले ने। वो रंगीले नू चिट्ठी आई नादर शाह दी कि मैं पंजाब आ गया ते हिंदुस्तान ते चढ़ के आ रहा, तू तैयारी कर ले, मदा तेरे मन च रह जे भी मैं दस्या कोई नहीं। अगों नादर शाह दी चिट्ठी रंगीले ने शराब दे प्याले च डोब दित्ती। कहिंदा दिल्ली बड़ी दूर है, कहिंदा अजे वो कहावत चली आउंदी है ना, दिल्ली दूर है। ये मुहम्मद शाह रंगीले दे मूँह दे वाक हन कि दिल्ली दूर है, ਤੁਸੀਂ ਅਜੇ ਨਹੀਂ ਸਾਡੇ ਕੋਲ ਅੱਪੜ ਸਕਦੇ। ਸੋ ਉਹ ਰੰਗੀਲਾ ਉਸ ਵੇਲੇ ਦਿੱਲੀ ਦਾ ਬਾਦਸ਼ਾਹ ਸੀ, ਔਰੰਗਜ਼ੇਬ ਦਾ ਪੜਪੋਤਰਾ। ਜਦੋਂ ਨਾਦਰ ਸ਼ਾਹ ਲਾਹੌਰ ਆਇਆ, ਉਹਨੂੰ ਅੱਗੇ ਜ਼ਕਰੀਆ ਖਾਨ ਮਿਲਿਆ, ਖਾਨ ਬਹਾਦਰ। 3 ਕਰੋੜ ਰੁਪਈਆ ਨਾਦਰ ਸ਼ਾਹ ਨੇ ਮੰਗਿਆ ਕਿ ਮੈਂ ਹਿੰਦੁਸਤਾਨ 'ਚ ਆਇਆ, ਮੇਰਾ ਖਰਚਾ ਬੜਾ ਹੋਇਆ। 2.5 ਲੱਖ ਫੌਜ ਲੈ ਕੇ ਆਇਆ ਨਾਦਰ ਸ਼ਾਹ, ਅਤੇ 2.5 ਲੱਖ ਫੌਜ ਵਾਸਤੇ ਖਰਚਾ ਵੀ ਤਾਂ ਚਾਹੀਦਾ ਸੀ। 3 ਕਰੋੜ ਰੁਪਈਆ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਟੈਕਸ ਲਿਆ ਉਸਨੇ। ਔਰ ਸਿੰਘਾਂ ਨੂੰ ਸਾਧ ਸੰਗਤ ਜੀ ਉਦੋਂ ਖੁਸ਼ੀ ਹੋਈ, ਸਿੰਘਾਂ ਨੂੰ ਵਧਾਈਆਂ ਮਿਲ ਗਈਆਂ। ਕਹਿੰਦੇ ਬੜਾ ਚੰਗਾ ਹੋਇਆ ਇਹ ਸਿੰਘਾਂ ਨੂੰ ਤਾਂ ਦਿੰਦੇ ਨਹੀਂ ਸੀ, ਹੁਣ ਇਹ ਤੁਰਕਾਂ ਨੂੰ ਦੇਣਗੇ, ਕਾਬਲ ਵਾਲਿਆਂ ਨੂੰ। ਉਹਨਾਂ ਨੂੰ ਟੈਕਸ ਤਾਰਨਗੇ ਅਤੇ ਅਸੀਂ ਇਹਨਾਂ 'ਚੋਂ ਹਿੱਸਾ ਲਵਾਂਗੇ। ਉਸ ਵੇਲੇ ਸਾਰੇ ਹਿੰਦੁਸਤਾਨ ਵਿੱਚ ਰੌਲਾ ਪੈ ਗਿਆ, ਸਿੰਘ ਫਿਰ ਇਕੱਠੇ ਹੋਣ ਲੱਗ ਪਏ। ਪਿੰਡਾਂ 'ਚੋਂ ਘਰਾਂ 'ਚੋਂ ਸਿੰਘ ਨਿਕਲੇ, ਜਿੱਥੇ ਜਿੱਥੇ ਸਿੰਘ ਜੰਗਲਾਂ 'ਚ ਬੈਠੇ ਸੀ ਉੱਥੋਂ ਇਕੱਠੇ ਹੋਏ। ਖਾਲਸੇ ਦਾ ਦਲ ਜਿਹੜਾ ਪਹਿਲਾਂ ਖਿੰਡ ਗਿਆ ਸੀ ਜ਼ਕਰੀਆ ਖਾਨ ਦੇ ਜ਼ੁਲਮਾਂ ਕਰਕੇ, ਉਹ ਫਿਰ ਖਾਲਸਾ ਇਕੱਠਾ ਹੋ ਗਿਆ। ਜਿਹੜਾ ਕਾਬਲ ਤੋਂ ਦਿੱਲੀ ਵੱਲ ਆਉਂਦਾ ਹੈ, ਸਾਥ ਬਣਾ ਕੇ, ਕਾਫਲਾ ਬਣਾ ਕੇ, ਟੋਲਾ ਬਣਾ ਕੇ, ਸਿੰਘ ਉਹਨੂੰ ਹੱਥ ਮਾਰ ਲੈਂਦੇ ਸੀ, ਰਾਹ ਜਾਂਦੇ ਨੂੰ ਲੁੱਟ ਲੈਂਦੇ ਸੀ। ਉਸ ਵੇਲੇ ਖਾਲਸੇ ਦਾ ਦਾਅ ਲੱਗ ਗਿਆ। ਜਦੋਂ ਨਾਦਰ ਸ਼ਾਹ ਚੜ ਕੇ ਆਇਆ, ਸਿੰਘਾਂ ਨੇ ਸਰਕਾਰੀ ਖਜ਼ਾਨੇ ਖੋਹਣੇ ਸ਼ੁਰੂ ਕਰ ਦਿੱਤੇ। ਕਾਬਲ ਕਧਾਰ ਦੇ ਰਸਤੇ 'ਚ, ਦਿੱਲੀ ਦੇ ਰਸਤੇ 'ਚ ਜਿੱਥੇ ਕੋਈ ਆਉਂਦਾ ਸੀ ਨਾ ਕਾਬਲ ਵੱਲੋਂ ਦਿੱਲੀ ਅਤੇ ਦਿੱਲੀ ਵੱਲੋਂ ਕਾਬਲ ਜਾਂਦਾ ਸੀ, ਸਿੰਘ ਰਾਹ 'ਚ ਖੋਹ ਲੈਂਦੇ ਸੀ ਘੋੜੇ ਤੇ ਸਮਾਨ ਸਾਰਾ। ਜੇ ਕੋਈ ਦਿੱਲੀਓਂ ਕੰਧਾਰ ਨੂੰ ਜਾਂਦਾ ਸੀ, ਉਹਨੂੰ ਮਾਰ ਲੈਂਦੇ ਸੀ, ਖੋਹ ਲੈਂਦੇ ਸੀ। ਉਹ ਨਾਦਰ ਸ਼ਾਹ ਦੇ ਆਉਣ ਨਾਲ ਸਿੰਘਾਂ ਦੀ ਗੁਜਰਾਨ ਫਿਰ ਚੰਗੀ ਹੋ ਗਈ, ਸਿੰਘਾਂ ਦਾ ਹੱਥ ਫਿਰ ਖੁੱਲ੍ਹਾ ਹੋ ਗਿਆ। ਖਾਲਸੇ ਨੂੰ ਬਹੁਤ ਮਾਇਆ ਦੇ ਕੱਫੇ, ਸ਼ਸਤਰ, ਘੋੜੇ ਵਧੀਆ ਮਿਲ ਗਏ। ਜਿੰਨਾ ਕੁ ਹੋ ਸਕਦਾ ਸੀ ਸਿੰਘਾਂ ਨੇ ਹੱਥ ਚੰਗਾ ਹੀ ਮਾਰਿਆ ਨਾਦਰ ਸ਼ਾਹ ਦੇ ਆਉਣ ਤੇ। ਅੱਛਾ ਅੱਛਾ ਮਾਲ ਸਿੰਘਾਂ ਦੇ ਹੱਥ ਲੱਗਾ, ਮਾਇਆ ਵੀ ਨਗਦ ਚੰਗੀ ਆ ਗਈ ਤੇ ਘੋੜੇ ਵੀ ਚੰਗੇ ਸਿੰਘਾਂ ਦੇ ਹੱਥ ਚੜ ਗਏ। ਕਲਗੀਧਰ ਪਾਤਸ਼ਾਹ ਦਾ ਬਚਨ ਸੀ, ਮੇਰੇ ਸਿੰਘ ਘੋੜਿਆਂ ਦੀ ਸਵਾਰੀ ਕਰਨਗੇ, ਰਾਜ ਕਰਨਗੇ, ਔਰ ਤੁਰਕਾਂ ਨੂੰ, ਦੁਸ਼ਟਾਂ ਨੂੰ, ਜ਼ਾਲਮਾਂ ਨੂੰ ਸੋਧਣਗੇ। ਉਹ ਸਮਾਂ ਪੂਰਾ ਹੋਣ ਦਾ ਵਕਤ ਆ ਗਿਆ। ਸਿੰਘ ਕਹਿੰਦੇ ਬੜਾ ਮਹਾਰਾਜ, ਕਲਗੀਧਰ ਪਾਤਸ਼ਾਹ ਦੀ ਕਿਰਪਾ ਹੋਈ ਬੜੀ, ਇਹ ਨਾਦਰ ਸਾਡੇ ਭਲੇ ਲਈ ਆਇਆ, ਇਹਦੇ ਆਉਣ ਨਾਲ ਸਾਡਾ ਫਾਇਦਾ ਹੋ ਗਿਆ। ਤੁਰਕਾਂ ਨਾਲ ਤੁਰਕ ਲੜਨਗੇ, ਆਪਾਂ ਦੇ ਸਾਈਡ ਤੋਂ ਹੀ ਸਾਰਾ ਕੰਮ ਸਾਫ ਕਰਾਂਗੇ। ਹੁਣ ਨਾਸ਼ ਦੋਏ ਧਿਰ ਕੋ ਆਇਓ, ਉਧਰ ਮੁਗਲ ਹਨ, ਇਧਰ ਪਠਾਨ ਹਨ, ਆਪਸ 'ਚ ਲੜੀ ਜਾਣਗੇ। ਮੁਗਲ ਪਠਾਣਾ ਭਾਈ ਲੜਾਈ ਬੜੀ ਪੁਰਾਣੀ ਹੈ, ਮੁਗਲਾਂ ਦੇ ਪਠਾਣਾਂ ਦੀ ਲੜਾਈ ਸਦੀਆਂ ਪੁਰਾਣੀ, ਉਹ ਫੇਰ ਭੱਕ ਗਈ ਹੈ। ਖਾਲਸੇ ਦਾ ਵਾਧਾ ਹੋਣ ਦਾ ਸਮਾਂ ਆ ਗਿਆ ਹੈ। ਸਿਆਣੇ ਕਹਿੰਦੇ ਆ, ਪੈਰ 'ਚ ਕੰਡਾ ਲੱਗਾ ਹੋਵੇ, ਕੰਡੇ ਨਾਲ ਹੀ ਕੰਡਾ ਕੱਢੀ ਦਾ, ਜਿਮ ਕੰਟਣ ਤੇ ਕੰਟੋ ਨਕਾਰਾ। ਕੰਡਾ ਲੱਗ ਜੇ ਪੈਰ ਵਿੱਚ, ਦੂਜੇ ਕੰਡੇ ਨਾਲ ਉਹਨੂੰ ਕਰੇਲ ਲਈਦਾ, ਜਿਹੜੇ ਕੰਡੇ ਨਾਲ ਕੰਡਾ ਕੱਢੀ ਦਾ ਉਹ ਵੀ ਸੁੱਟ ਦੇਈਦਾ, ਉਹਨੂੰ ਕਿਹੜਾ ਸਾਂਭ ਕੇ ਰੱਖੀਦਾ। ਇੱਕ ਪੈਰ 'ਚ ਲੱਗਿਆ ਸੀ ਕੰਡਾ, ਉਹ ਕਿਹੜਾ ਸੀ? ਉਹ ਸੀ ਮੁਗਲਾਂ ਦਾ, ਦਿੱਲੀ ਵਾਲਿਆਂ ਦਾ, ਜ਼ਕਰੀਆ ਖਾਨ ਲਾਹੌਰ ਦਾ, ਅਤੇ ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦਾ। ਇਹ ਕੰਡਾ ਪੈਰ 'ਚ ਚੁਭਿਆ ਹੋਇਆ ਸੀ, ਰੋਜ਼ ਤੰਗ ਕਰਦੇ ਸੀ ਸਿੱਖਾਂ ਨੂੰ। ਕੱਢਣ ਵਾਲਾ ਕੰਡਾ ਕਿਹੜਾ? ਨਾਦਰ ਸ਼ਾਹ। ਪਹਿਲਾਂ ਦੇ ਨਾਦਰ ਦੇ ਮਦਦ ਦੇ ਨਾਲ ਮੁਗਲਾਂ ਨੂੰ ਮਾਰਾਂਗੇ, ਫਿਰ ਨਾਦਰ ਨੂੰ ਭਜਾਵਾਂਗੇ, ਫਿਰ ਪੰਜਾਬ ਤੇ ਕਬਜ਼ਾ ਕਰਾਂਗੇ। ਕਹੇ ਸਿੰਘ ਅਬ ਸਮੋ ਸੋ ਆਇਆ, ਕਹਿੰਦੇ ਖਾਲਸਾ ਜੀ ਹੁਣ ਸਮਾਂ ਆ ਗਿਆ,
ਹੁਣ ਸਮਾਂ ਹੱਥੋਂ ਨਾ ਜਾਣ ਦੇਈਏ ਤੋ ਸਤਿਗੁਰ ਯਾਉ ਬਚਨ ਅਲਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਇੱਕ ਵਾਰੀ ਭਾਈ ਦਇਆ ਸਿੰਘ ਨੇ ਪੁੱਛਿਆ ਸੀ ਮਹਾਰਾਜ ਆਪ ਜੀ ਕਹਿੰਦੇ ਹੋ ਵੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਇਹ ਮੁੱਠੀ ਭਰ ਸਿੰਘ ਥੋੜੇ ਜੇ ਇਹ ਕਿਵੇਂ ਰਾਜ ਕਰ ਲੈਣਗੇ ਮਹਾਰਾਜ ਸਾਡੇ ਕੋਲ ਕਿਲ੍ਹਾ ਕੋਈ ਨਹੀਂ ਸਾਡੇ ਕੋਲ ਫੌਜ ਕੋਈ ਨਹੀਂ ਸਾਡੇ ਕੋਲ ਤੋਪਾਂ ਕੋਈ ਨਹੀਂ ਸਾਡੇ ਕੋਲ ਇੰਨਾ ਪੈਸਾ ਨਹੀਂ ਅਤੇ ਮੁਗਲਾਂ ਕੋਲ ਮਹਾਰਾਜ ਹਜ਼ਾਰਾਂ ਕਿਲ੍ਹੇ ਨੇ ਲੱਖਾਂ ਫੌਜਾਂ ਨੇ ਤੋਪਖਾਨੇ ਬੜੇ ਬੜੇ ਵੱਡੇ ਨੇ ਰਾਜਧਾਨੀ ਬੜੀ ਵੱਡੀ ਹੈ ਦਿੱਲੀ ਹਿੰਦੁਸਤਾਨ ਦਾ ਦਿਲ ਹੈ ਮਹਾਰਾਜ ਅਸੀਂ ਕਿਵੇਂ ਫਤਿਹ ਕਰਾਂਗੇ ਕਲਗੀਧਰ ਪਾਤਸ਼ਾਹ ਬੋਲੇ ਦਇਆ ਸਿੰਘ ਅਸੀਂ ਕਾਬਲ ਤੋਂ ਕੁੱਤਾ ਮੰਗਵਾਵਾਂਗੇ ਉਹ ਇਹਨਾਂ ਦੀ ਜੜ ਪੁੱਟੇਗਾ ਇਹ ਦਸਵੇਂ ਪਾਤਸ਼ਾਹ ਦੇ ਬਚਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਭਾਈ ਦਇਆ ਸਿੰਘ ਜੀ ਨੂੰ ਮਹਾਰਾਜ ਨੇ ਕਿਹਾ ਸੀ ਦਇਆ ਸਿੰਘ ਕਾਬਲ 'ਤੇ ਕੁੱਤਾ ਮੰਗਵਾਊਂ ਕਾਬਲ ਤੋਂ ਕੁੱਤਾ ਮੰਗਵਾਵਾਂਗਾ ਮੈਂ ਉਹ ਕਿਹੜਾ ਕੁੱਤਾ ਨਾਦਰ ਸ਼ਾਹ ਅਤੇ ਉਹਦਾ ਚੇਲਾ ਅਹਿਮਦ ਸ਼ਾਹ ਅਬਦਾਲੀ ਇਹ ਜਦੋਂ ਆਏ ਨੇ ਨਾ ਇਹਨਾਂ ਦੇ ਆਉਣ ਨਾਲ ਸਿੱਖਾਂ ਨੂੰ ਬੜਾ ਫਾਇਦਾ ਹੋਇਆ ਨੁਕਸਾਨ ਵੀ ਹੋਇਆ ਸ਼ਹੀਦੀਆਂ ਵੀ ਹੋਈਆਂ ਨੇ ਪਰ ਰਾਹ ਪੱਧਰਾ ਹੋ ਗਿਆ ਦਿੱਲੀ ਫਤਿਹ ਕਰਨ ਦਾ ਇਨਕਾ ਉਨ ਤੇ ਨਾਸ ਕਰਾਉਂ ਮਹਾਰਾਜ ਕਹਿਣ ਲੱਗੇ ਨਾ ਮੁਗਲਾਂ ਦਾ ਨਾਦਰ ਸ਼ਾਹ ਵਰਗੇ ਆ ਕੇ ਨਾਸ ਕਰਨਗੇ ਉਹਨਾਂ ਤੋਂ ਕਰਵਾਵਾਂਗੇ ਨਾਸ ਫਿਰ ਦੱਖਣ ਤੇ ਲਿਆਉਂ ਫੌਜ ਫਿਰ ਦੱਖਣ ਤੋਂ ਫੌਜ ਮੰਗਾਵਾਂਗੇ ਦੱਖਣ ਤੋਂ ਕਿਹੜੀ ਮਰਾਠਿਆਂ ਦੀ ਫੌਜ ਪਹਿਲਾਂ ਤਾਂ ਨਾਦਰ ਨੇ ਲੱਕ ਤੋੜ ਦਿੱਤਾ ਦਿੱਲੀ ਦਾ ਉਸ ਤੋਂ ਬਾਅਦ ਸਾਧ ਸੰਗਤ ਜੀ ਮਰਾਠੇ ਆਏ ਦੋ ਦੋ ਲੱਖ ਢਾਈ ਢਾਈ ਲੱਖ ਮਰਾਠਾ ਇਕੱਠਾ ਹੋ ਕੇ ਦਿੱਲੀ ਆਉਂਦਾ ਰਿਹਾ ਉਹਨਾਂ ਮਰਾਠਿਆਂ ਨੇ ਦਿੱਲੀ ਦਾ ਲੱਕ ਤੋੜ ਦਿੱਤਾ ਮਹਾਰਾਜ ਕਹਿੰਦੇ ਪਹਿਲਾਂ ਨਾਦਰ ਆਏਗਾ ਪੱਛਮ ਤੋਂ ਫਿਰ ਮਰਾਠੇ ਆਉਣਗੇ ਦੱਖਣ ਤੋਂ ਲੜ ਕਰ ਇੱਕ ਉਨ ਮਿਟੈ ਜਿਉ ਕੋ ਖੋਜ ਇਹਨਾਂ ਦੀ ਆਪਸ ਚ ਲੜ ਲੜ ਕੇ ਤਾਕਤ ਖਤਮ ਹੋ ਜਾਏਗੀ ਨਾਮੋ ਨਿਸ਼ਾਨ ਮਿਟਾ ਦਿਆਂਗੇ ਫਿਰ ਅਸੀਂ ਭੂਰਿਆਂ ਨੂੰ ਮੰਗਾਵਾਂਗੇ ਭੂਰਿਆਂ ਨੂੰ ਭੂਰੇ ਕੌਣ ਨੇ ਬਿੱਲੇ ਭੂਰੇ ਗੋਰੇ ਆਉਣਗੇ ਗੋਰੇ ਅੰਗਰੇਜ਼ ਭੂਰੇ ਰੰਗ ਦੇ ਮਹਾਰਾਜ ਪਹਿਲਾਂ ਹੀ ਦੱਸ ਦਿੱਤਾ ਦਸਵੇਂ ਪਾਤਸ਼ਾਹ ਨੇ ਕਹਿੰਦੇ ਫਿਰ ਖਾਲਸਾ ਜੀ ਭੂਰੇ ਆਉਣਗੇ ਭੂਰੇ ਉਹ ਦਿੱਲੀ ਦੇ ਉੱਤੇ ਕਬਜ਼ਾ ਕਰਨਗੇ ਉਹ ਇਹਨਾਂ ਮੁਗਲਾਂ ਦੀ ਜੜ ਪੁੱਟਣਗੇ ਅਤੇ ਫਿਰ ਖਾਲਸੇ ਦਾ ਐਸਾ ਜਪ ਤਪ ਹੋਵੇਗਾ ਅੰਗਰੇਜ਼ ਸਿੰਘਾਂ ਦੇ ਨਾਲ ਮੇਲ ਕਰ ਲੈਣਗੇ ਮਹਾਰਾਜਾ ਰਣਜੀਤ ਸਿੰਘ ਨਾਲ ਅੰਗਰੇਜ਼ਾਂ ਨੇ ਸੰਧੀ ਕੀਤੀ ਸੀ 1809 ਦੇ ਵਿੱਚ ਉਹਦੇ ਵੱਲ ਇਸ਼ਾਰਾ ਕਹਿੰਦੇ ਫਿਰ ਖਾਲਸੇ ਦਾ ਅਤੇ ਅੰਗਰੇਜ਼ਾਂ ਦੀ ਸੁਲਾਹ ਕਰਾ ਦਿਆਂਗੇ ਔਰ ਦਿੱਲੀ ਲਾਹੌਰ ਦੇ ਤਖ਼ਤ ਪੁੱਟ ਦਿਆਂਗੇ ਅਤੇ ਖਾਲਸੇ ਦਾ ਰਾਜ ਕਰ ਦਿਆਂਗੇ ਸੱਤੇ ਧਾਰਾਂ ਦੇ ਵਿੱਚ ਜਿਹੜੇ 22 ਧਾਰ ਦੀਆਂ ਰਾਜਾ ਸਿਆਸਤਾਂ ਨੇ ਸਾਰੀਆਂ ਧੂੜ 'ਚ ਮਿਟਾ ਦੇ ਮਿਲਾ ਦਿਆਂਗੇ 22 ਸੂਬੇ ਦੇਊਂ ਤੋੜ 22 ਸੂਬੇ ਤੁਰਕਾਂ ਦੇ ਤੋੜ ਸੁੱਟਾਂਗੇ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਖਾਲਸਾ ਜੀ ਸਮਾਂ ਆਏਗਾ ਇਹਨਾਂ ਪਾਤਸ਼ਾਹੀਆਂ ਤੇ ਵਜ਼ੀਰੀਆਂ ਖਤਮ ਹੋ ਜਾਣਗੀਆਂ ਇਹਨਾਂ ਜ਼ਾਲਮਾਂ ਦੇ ਨਗਾਰੇ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਰਣਜੀਤ ਨਗਾਰਾ ਵਜਾਇਆ ਸੀ ਨਾ ਅਤੇ ਉਸ ਵੇਲੇ ਔਰੰਗਜ਼ੇਬ ਨੂੰ ਅਤੇ 22 ਧਾਰ ਦੇ ਰਾਜਿਆਂ ਨੂੰ ਬੜੀ ਐਲਰਜੀ ਹੋਈ ਸੀ ਕਹਿੰਦੇ ਅਸੀਂ ਬਾਦਸ਼ਾਹ ਆ ਨਗਾਰਾ ਤਾਂ ਅਸੀਂ ਵਜਾ ਸਕਦੇ ਹਾਂ ਤੁਸੀਂ ਕਿਵੇਂ ਵਜਾ ਸਕਦੇ ਹੋ ਅਤੇ ਕਲਗੀਧਰ ਪਾਤਸ਼ਾਹ ਕਹਿੰਦੇ ਨਗਾਰੇ ਵੱਜਣੇ ਹੀ ਸਾਡੇ ਆ ਤੁਹਾਡੇ ਤਾਂ ਬੰਦ ਹੋ ਜਾਣੇ ਆ ਆਖੋ ਸਤਨਾਮ ਸ੍ਰੀ ਵੱਜ ਨਗਾਰੇ ਵੱਜਣਗੇ ਹੀ ਸਾਡੇ ਖਾਲਸੇ ਦੇ ਨਗਾਰੇ ਵੱਜਣਗੇ ਤੁਹਾਡੇ ਨਗਾਰੇ ਵੱਜਣੋਂ ਹਟ ਜਾਣਗੇ ਝਾੜੀ ਝਾੜੀ ਚ ਅਕਾਲ ਅਕਾਲ ਦੀ ਆਵਾਜ਼ ਆਏਗੀ ਸਤਿ ਸ੍ਰੀ ਅਕਾਲ ਦੇ ਜਕਾਰੇ ਗੱਜਣਗੇ ਹਿੰਦੁਸਤਾਨ ਦੀ ਧਰਤੀ ਉੱਤੇ ਸੋ ਸਮੋ ਅਬ ਆਇਓ ਜਾਨੋ ਬਾਬਾ ਕਪੂਰ ਸਿੰਘ ਜੀ ਵਰਗੇ ਸਿਆਣੇ ਸਿੰਘ ਵਿਚਾਰਾਂ ਕਰਦੇ ਉਹ ਸਮਾਂ ਆ ਗਿਆ ਜੋ ਕਲਗੀਧਰ ਪਾਤਸ਼ਾਹ ਕਿਹਾ ਕਰਦੇ ਸਨ ਹੁਣ ਖਾਲਸਾ ਜੀ ਦਾ ਤੁਰਕਾਂ ਨੂੰ ਲੁੱਟ ਕੇ ਖਾਈਏ ਖਾਲਸੇ ਪੰਥ ਵਿੱਚ ਉਸ ਵੇਲੇ ਬੜੇ ਬੜੇ ਮਹਾਂਪੁਰਸ਼ ਜਪੀ ਤਪੀ ਹਠੀ ਤਪੀ ਸਿੰਘ ਸਨ ਪਰ ਸਾਰਿਆਂ 'ਚੋਂ ਜਥੇਦਾਰ ਕਪੂਰ ਸਿੰਘ ਜੀ ਸਰ ਕਰਦਾ ਸਨ ਬਾਬਾ ਕਪੂਰ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ ਬੜਾ ਮੌਕਾ ਵਧੀਆ ਜੇ ਹੁਣ ਇਕੱਠੇ ਰਿਹਾ ਜੇ ਹੁਣ ਸਾਰੇ ਗੁਰਮਤੇ 'ਚ ਉਸ ਵੇਲੇ ਦਾ ਖਾਲਸਾ ਜੀ ਇੱਕ ਲਾਭ ਸੀ ਕਿ ਅੱਜ ਵਰਗਾ ਹਾਲ ਨਹੀਂ ਸੀ ਅੱਜ ਦੇ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਕਿਸੇ ਦਾ ਕਿਸੇ ਪਾਸੇ ਨੂੰ ਇੱਕ ਦੀ ਦੂਜੇ ਨਾਲ ਰਾਏ ਨਹੀਂ ਰਲਦੀ ਵਿਚਾਰ ਨਹੀਂ ਰਲਦੇ ਮਤ ਨਹੀਂ ਰਲਦੀ ਉਦੋਂ ਸਾਰਾ ਪੰਥ ਜਥੇਦਾਰ ਦੀ ਗੱਲ ਮੰਨਦਾ ਸੀ ਬਾਬਾ ਕਪੂਰ ਸਿੰਘ ਜੀ ਕਹਿੰਦੇ ਖਾਲਸਾ ਜੀ ਹੁਣ ਕਤਰਤਾਈ ਕਰ ਲਓ ਤੇ ਆਪਾਂ ਇਸ ਮੌਕੇ ਦਾ ਫਾਇਦਾ ਉਠਾ ਲਈਏ ਕਪੂਰ ਸਿੰਘ
ਜਬ ਯੋਂ ਕਹੀ ਸਿੰਘਣ ਸਭਨ ਸੁਣਾਏ। ਜਦੋਂ ਨਵਾਬ ਕਪੂਰ ਸਿੰਘ ਇਸ ਤਰ੍ਹਾਂ ਦੇ ਬਚਨ ਖਾਲਸੇ ਨੂੰ ਸੁਣਾਏ, ਸਭ ਖਾਲਸੇ ਨੇ ਆਖਿਆ ਸਤ ਬਚਨ ਨਵਾਬ ਜੀ ਜੋ ਤੁਸੀਂ ਕਹੋਗੇ ਅਸੀਂ ਸਾਰੇ ਮੰਨਾਂਗੇ। ਦਿੱਲੀ ਦੀ ਲੁੱਟ ਜਿਹੜੀ ਨਾਦਰ ਸ਼ਾਹ ਨੇ ਕੀਤੀ ਉਹਦੀ ਗਿਣਤੀ ਨਹੀਂ ਹੋ ਸਕੀ। ਕਹਿੰਦੇ ਦਿੱਲੀ ਦੇ ਵਿੱਚੋਂ ਕਈ ਅਰਬਾਂ ਰੁਪਿਆਂ ਦਾ ਖਰਬਾਂ ਰੁਪਿਆਂ ਦਾ ਮਾਲ ਨਾਦਰ ਸ਼ਾਹ ਲੁੱਟ ਕੇ ਲੈ ਗਿਆ ਸੀ। ਪਦਮ ਰੁਪਈਏ ਲੈ ਗਏ ਉਹ ਸੁਣੀਏ। ਪਦਮ ਹੁਣ ਤੇ ਗਿਣਤੀ ਜਿਹੜੀ ਹੈ ਮਿਲੀਅਨ ਤੇ ਬਿਲੀਅਨ ਵਿੱਚ ਰਹਿ ਗਈ ਨਾ, ਪਹਿਲਾਂ ਸੀ ਇਕਾਈ ਦਹਾਈ ਸੈਂਕੜਾ ਹਜ਼ਾਰ, ਉਹਨੂੰ ਦਸ ਗੁਣਾ ਵਧਾਈ ਜਾਣਾ, ਇੱਕ ਇੱਕ ਜੀਰੋ ਲਾਈ ਜਾਓ, ਦਸ ਹਜ਼ਾਰ ਲੱਖ, ਦਸ ਲੱਖ ਕਰੋੜ, ਦਸ ਕਰੋੜ ਅਰਬ, ਦਸ ਅਰਬ ਖਰਬ, ਦਸ ਖਰਬ ਨੀਲ, ਦਸ ਨੀਲ ਪਦਮ, ਦਸ ਪਦਮ। ਇਹ ਹੁਣ ਕਿੱਥੇ ਗਿਣਤੀ ਪਹੁੰਚ ਗਈ, ਅੱਜ ਕੱਲ੍ਹ ਤਾਂ ਗਿਣੀ ਨਹੀਂ ਜਾਣੀ। ਕਰੋੜ ਤੋਂ ਦਸ ਕਰੋੜ, ਫਿਰ ਅੱਗੇ ਅਰਬ, ਫਿਰ ਦਸ ਅਰਬ, ਫਿਰ ਖਰਬ, ਦਸ ਖਰਬ, ਅੱਗੇ ਨੀਲ, ਦਸ ਨੀਲ, ਫਿਰ ਪਦਮ, ਦਸ ਪਦਮ ਹੈ, ਉਹਨੂੰ ਦਸ ਦਸ ਗੁਣਾ ਕਰੀ ਜਾਓ। ਇੰਨੇ ਰੁਪਈਏ ਲੈ ਗਿਆ ਹਿੰਦੁਸਤਾਨ ਚੋਂ, ਦਿੱਲੀ ਦੇ ਵਿੱਚੋਂ ਨਾਦਰ ਸ਼ਾਹ ਲੁੱਟ ਗਏ। ਤੋਹਫੇ ਥੇ ਜੋ ਹਿੰਦ ਮੈਂ ਸਾਰੇ, ਹਿੰਦੁਸਤਾਨ ਦੇ ਜਿੰਨੇ ਕੀਮਤੀ ਤੋਹਫੇ ਸਨ ਉਹ ਸਾਰੇ ਭਾਈ ਰਤਨ ਸਿੰਘ ਗਿਣਾ ਰਿਹਾ, ਉਹ ਜਿਹੜੇ ਖਜ਼ਾਨੇ 'ਚ ਦਿੱਲੀ ਦੇ ਖਜ਼ਾਨੇ 'ਚ ਕੀਮਤੀ ਸਮਾਨ ਪਿਆ ਸੀ ਉਹ ਲੈ ਗਏ ਸਾਰੇ ਚੱਕ ਕੇ। ਬਾਈਆਂ ਸੂਬਿਆਂ ਵਿੱਚ ਥੇ ਧਾਰੇ, ਜਿਹੜੇ ਬਾਈ ਸੂਬਿਆਂ 'ਚ ਸਮਾਨ ਪਿਆ ਸੀ ਲਾਹੌਰ ਦੇ ਖਜ਼ਾਨੇ 'ਚ, ਸਰਹੰਦ ਦੇ ਖਜ਼ਾਨੇ 'ਚ, ਜਲੰਧਰ ਦੇ ਖਜ਼ਾਨੇ 'ਚ, ਉਹ ਵੀ ਲੁੱਟ ਕੇ ਲੈ ਗਿਆ ਸਾਰਾ। ਤਖਤ ਤਾਊਸੂ ਤਾਊਸੀ ਨਾ ਕੋਟੋ ਜੋਊ, ਇੱਕ 9 ਕਰੋੜ ਰੁਪਈਏ ਦਾ ਤਖਤੇ ਤਾਊਸ ਸੀ ਜਿਹਤੇ ਬਾਦਸ਼ਾਹ ਬਹਿੰਦਾ ਸੀ, ਉਹਨੂੰ ਤਖਤੇ ਤਾਊਸ ਕਹਿੰਦੇ, ਉਹ ਸਾਰਾ ਹੀਰਿਆਂ ਦਾ ਬਣਿਆ ਹੋਇਆ ਸੀ, ਮੋਤੀ ਹੀਰੇ ਅਤੇ ਹਾਥੀ ਦੇ ਦੰਦ ਦੇ ਨਾਲ ਉੱਤੇ ਕੰਮ ਕਰ ਕਰਕੇ ਬੜਾ ਹੀ ਕੀਮਤੀ ਸੀ। 9 ਕਰੋੜ ਰੁਪਈਆ ਅੱਜ ਵੀ ਕਿਸੇ ਕੋਲ ਹੋਵੇ ਤਾਂ ਉਹ ਵੀ ਬੜਾ, ਅਤੇ ਉਦੋਂ 9 ਕਰੋੜ ਦੀ ਕਿੰਨੀ ਵੈਲਿਊ ਸੀ। 9 ਕਰੋੜ ਦਾ ਇੱਕ ਤਖਤ ਸੀ, ਤਖਤੇ ਤਾਊਸ ਨਾਦਰ ਸ਼ਾਹ ਲੁੱਟ ਕੇ ਲੈ ਗਿਆ। ਸੋਇਨਾ ਸੁਗੰਧੀ 100 ਦੋਏ ਤੋਲੇ ਹੋ, ਸਾਧ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ, ਇੱਕ ਸੋਨਾ ਹੁੰਦਾ ਹੈ, ਸੋਨਾ ਤਾਂ ਆਪਾਂ ਦੇਖਿਆ ਹੀ ਹੈ ਸਾਰਿਆਂ ਨੇ, ਜਿਹੜਾ ਬੀਬੀਆਂ ਭੈਣਾਂ ਵੀ ਪਾਈ ਫਿਰਦੀਆਂ, ਬੰਦੇ ਵੀ ਪਾਈ ਫਿਰਦੇ ਸੋਨਾ। ਇੱਕ ਹੋਰ ਸੋਨਾ ਹੁੰਦਾ, ਉਹਨੂੰ ਸੁਗੰਧੀ ਵਾਲਾ ਸੋਨਾ ਕਹਿੰਦੇ ਆ, ਆਮ ਆਪਾਂ ਨਹੀਂ ਦੇਖਿਆ, ਸੁਣਿਆ ਵੀ ਅੱਜ ਮੈਂ ਤਾਂ ਪੰਥ ਪ੍ਰਕਾਸ਼ ਵਿੱਚੋਂ ਹੀ ਆਪਾਂ ਪੜ੍ਹਿਆ, ਦੇਖਿਆ ਤਾਂ ਮੈਂ ਵੀ ਨਹੀਂ, ਪਰ ਇਹਦੇ 'ਚ ਲਿਖਿਆ ਤਾਂ ਹੁੰਦਾ ਹੋਏਗਾ। ਉਹ ਕਹਿੰਦੇ ਵੀ ਉਹਨੂੰ ਕਹਿੰਦੇ ਸੁਗੰਧੀ ਵਾਲਾ ਸੋਨਾ, ਉਹਦੇ 'ਚ ਵਾਸ਼ਨਾ ਹੁੰਦੀ ਹੈ ਸੋਨੇ ਵਿੱਚੋਂ ਜਿਵੇਂ ਫੁੱਲਾਂ 'ਚੋਂ ਆਉਂਦੀ ਹੈ, ਉਹਨੂੰ ਕਹਿੰਦੇ ਸੁਗੰਧੀ ਵਾਲਾ ਸੋਨਾ। ਦਿੱਲੀ ਦੇ ਮੁਗਲਾਂ ਕੋਲ 200 ਤੋਲੇ ਉਹ ਵੀ ਸੀਗਾ, 200 ਤੋਲੇ, ਫਿਰ ਵੀ ਤੁਸੀਂ ਕਹੋਗੇ 200 ਤੋਲੇ ਕੋਈ ਬਹੁਤੀ ਗੱਲ ਨਹੀਂ, ਪਰ ਉਹ ਹੈ ਹੀ ਇੰਨਾ ਸੀ ਸਾਰੀ ਦੁਨੀਆ ਵਿੱਚ, ਜਿਹੜਾ ਦਿੱਲੀ ਦੇ ਤਖ਼ਤ ਦੇ ਉੱਤੇ ਉਹਨਾਂ ਨੇ ਸਾਂਭ ਕੇ ਖਜ਼ਾਨੇ 'ਚ ਰੱਖਿਆ ਸੀ। ਬਹੁਤ ਮਹਿੰਗਾ, ਉਹ ਤਾਂ ਮਿਲਦਾ ਹੀ ਨਹੀਂ, ਵੇਖਣ ਨੂੰ ਹੀ ਸੁਣਨ ਨੂੰ ਵੀ ਨਹੀਂ ਮਿਲਿਆ, ਐਸਾ ਉਹ ਸੋਨਾ ਸੀ। ਨਾਦਰ ਸ਼ਾਹ 200 ਤੋਲੇ ਸੁਗੰਧੀ ਵਾਲਾ ਸੋਨਾ ਵੀ ਲੈ ਗਿਆ। ਇੱਕ ਹੀਰਾ ਥਾ ਪਾਂਡਵਨ ਵਾਲੋ, ਇੱਕ ਪਾਂਡਵਾਂ ਦੇ ਸਮੇਂ ਦਾ ਹੀਰਾ ਸੀ ਜਿਹਦਾ ਨਾਮ ਹੈ ਕੋਹੇ ਨੂਰ। ਉਹ ਪਹਿਲਾਂ ਪਾਂਡਵਾਂ ਕੋਲ ਰਿਹਾ, ਪਹਿਲਾਂ ਕੌਰਵਾਂ ਕੋਲ ਸੀ, ਜਦੋਂ ਭੀਮ ਅਤੇ ਅਰਜਨ ਨੇ ਜੰਗ ਜਿੱਤਿਆ ਮਹਾਂਭਾਰਤ ਦਾ, ਅਤੇ ਉਹ ਪਾਂਡਵਾਂ ਕੋਲ ਆ ਗਿਆ, ਪਾਂਡਵਾਂ ਕੋਲੋਂ ਉਹ ਹੀਰਾ ਰਾਜਪੂਤਾਂ ਕੋਲ ਚਲਾ ਗਿਆ, ਰਾਜਪੂਤਾਂ ਕੋਲ ਰਿਹਾ 3500 ਸਾਲ, ਉਹਨਾਂ ਤੋਂ ਬਾਅਦ ਲੈ ਕੇ ਮੁਹੰਮਦ ਗੋਰੀ ਦੇ ਕੋਲ ਚਲਾ ਗਿਆ। ਮੁਹੰਮਦ ਗੋਰੀ ਤੋਂ ਮੁਗਲਾਂ ਦੇ ਕੋਲ ਦਿੱਲੀ ਜਿੰਨੇ ਬਾਦਸ਼ਾਹ ਆਏ ਮੁਸਲਮਾਨਾਂ ਦੇ ਉਹਨਾਂ ਦੇ ਕਬਜ਼ੇ 'ਚ ਰਿਹਾ, ਅਤੇ ਮੁਹੰਮਦ ਸ਼ਾਹ ਰੰਗੀਲੇ ਤੋਂ ਕੋਹੇ ਨੂਰ ਹੀਰਾ ਨਾਦਰ ਸ਼ਾਹ ਲੁੱਟ ਕੇ ਲੈ ਗਿਆ। ਨਾਦਰ ਸ਼ਾਹ ਦੇ ਕੋਲੋਂ ਅਬਦਾਲੀ ਕੋਲ ਚਲਾ ਗਿਆ, ਅਹਿਮਦ ਸ਼ਾਹ ਕੋਲ, ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਭੇਟਾ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਕੋਲ 50 ਸਾਲ ਉਹ ਹੀਰਾ ਰਿਹਾ, ਬਾਅਦ 'ਚ ਅੰਗਰੇਜ਼ ਲੈ ਗਏ, ਹੁਣ ਮਹਾਰਾਣੀ ਵਿਕਟੋਰੀਆ ਦੇ ਲੰਡਨ ਦੇ ਵਿੱਚ ਉਹ ਹੀਰਾ ਹੈ, ਪਰ ਉਹਦੇ 2 ਟੋਟੇ ਕੀਤੇ ਗਏ ਹੈ। ਕਿਸੇ ਨੇ ਕਹਿ ਦਿੱਤਾ ਅੰਗਰੇਜ਼ਾਂ ਨੂੰ ਵੀ ਜਿਹਦੇ ਕੋਲ ਹੀਰਾ ਹੁੰਦਾ ਨਾ ਉਹਦਾ ਰਾਜ ਨਸ਼ਟ ਹੋ ਜਾਂਦਾ, ਇਹਨੂੰ 2 ਟੋਟੇ ਕਰ ਦਿਓ, ਉਹਨੂੰ ਫਿਰ 2 ਟੁਕੜਿਆਂ 'ਚ ਵੰਡ ਦਿੱਤਾ ਗਿਆ। ਸੋ ਉਹ ਹੀਰਾ ਜਿਹੜਾ ਅੱਜ ਵੀ ਲੰਡਨ ਪਿਆ ਹੈ ਪਾਂਡਵਾਂ ਦੇ ਸਮੇਂ ਦਾ, ਉਹ ਨਾਦਰ ਸ਼ਾਹ ਦਿੱਲੀ ਤੋਂ ਲੁੱਟ ਕੇ ਲੈ ਗਿਆ। ਦੋਇਓ ਕਹੈ ਕੋ ਵੱਡ ਥੋ ਲਾਲੋ, ਉਹ ਕਹਿੰਦੇ ਬੜੇ ਕੀਮਤੀ ਲਾਲ ਸੀਗੇ, ਇੱਕ ਹੀਰਾ ਹੁੰਦਾ, ਇੱਕ ਪੰਨਾ ਹੁੰਦਾ, ਇੱਕ ਸਬਜ਼ਾ ਹੁੰਦਾ, ਇੱਕ ਪੁਖਰਾਜ ਹੁੰਦਾ, ਇੱਕ ਨੀਲਮ ਹੁੰਦਾ, ਇਹ 9 ਰਤਨ ਹੁੰਦੇ, ਇੱਕ ਲਾਲ ਹੁੰਦਾ, ਜਿਹੜਾ ਲਾਲ ਹੁੰਦਾ ਉਹਦੀ ਲਾਲ ਰੰਗ ਦੀ ਭਾਅ ਹੁੰਦੀ, ਚਮਕ ਬੜੀ ਹੁੰਦੀ ਹੈ ਉਹਦੀ। ਹਾਂਜੀ, ਉਸ ਸੋ ਸ਼ਾਹੋ ਰਹਿਣ ਪੜੇ ਕੁਰਾਨ, ਕਹਿੰਦੇ ਉਹ ਜਿਹੜੇ ਲਾਲ ਸੀਗੇ ਨਾ ਉਹਨੂੰ ਮੁਗਲੇ ਆਜ਼ਮ ਕਹਿੰਦੇ ਸੀ,
ਮੁਗਲਾਂ ਦੀ ਖਾਸ ਉਹ ਇੱਕ ਵਿਰਾਸਤ ਸੀਗੀ ਤੇ ਔਰੰਗਜ਼ੇਬ ਰਾਤ ਨੂੰ ਕੁਰਾਨ ਪੜ੍ਹਦਾ ਸੀ ਉਹਦੇ ਨਾਲ ਉਹਦੀ ਰੋਸ਼ਨੀ ਦੇ ਵਿੱਚ ਉਹ ਰੱਖ ਦਿੰਦੇ ਸੀ ਉਹਦੀ ਰੋਸ਼ਨੀ ਇੰਨੀ ਸੀ ਕਿ ਕੁਰਾਨ ਪੜ੍ਹੀ ਜਾਂਦੀ ਸੀ ਸਾਫ ਹਾਂਜੀ ਹੈ ਚਰਚਾ ਜਹ ਮਦ ਜਹਾਨ ਇਹ ਜਗਤ ਵਿੱਚ ਪ੍ਰਸਿੱਧ ਬਾਤ ਹੈ ਵੀ ਬਾਦਸ਼ਾਹ ਕੁਰਾਨ ਪੜ੍ਹਦਾ ਸੀ ਉਸ ਲਾਲ ਦੇ ਨਾਲ ਉਹਦੀ ਰੋਸ਼ਨੀ ਦੇ ਨਾਲ ਸਾਹਿਨ ਕੂਰ ਕੋ ਮੱਛੀ ਕਹੈ ਇੱਕ ਸਾਹਿਨ ਕੂਰ ਨਾਮ ਦੀ ਮੱਛੀ ਸੀਗੀ ਉਹ ਮੱਛੀ ਦੀ ਕਹਿੰਦੇ ਹੋਰ ਦੁਨੀਆ ਚ ਕੋਈ ਮਿਸਾਲ ਕੋਈ ਨੀ ਉਹ ਮੁਗਲਾਂ ਦੇ ਕੋਲ ਸੀ ਹਾਂਜੀ ਲਾਏ ਕਰਦ ਜਿਸ ਮਾਸ ਸੁਖ ਹੈ ਕਹਿੰਦੇ ਨੇ ਉਹਨੂੰ ਰਾਤ ਨੂੰ ਨਾ ਉਹਦੇ ਨਾਲ ਉਹ ਮਾਸ ਘੱਟ ਲੈਂਦੇ ਸੀ ਥੋੜਾ ਜਿਹਾ ਪਾਈਆ ਅੱਧਾ ਕਿਲੋ ਜਿੰਨਾ ਚਾਹੀਦਾ ਉਹ ਬਾਦਸ਼ਾਹ ਆਪਣੇ ਖਾਣੇ ਵਾਸਤੇ ਉਹਦੇ ਚੋਂ ਮਾਸ ਜਿਉਂਦੀ ਚੋਂ ਕੱਢ ਲੈਂਦਾ ਸੀ ਤੇ ਉਹ ਬਣਾ ਕੇ ਮਸਾਲੇ ਲਾ ਕੇ ਖਾ ਲੈਂਦਾ ਸੀ ਮੋਤੀ ਆਂਡੇ ਮੁਰਗ ਸਮਾਨ ਤੇ ਸਵੇਰੇ ਉਹ ਮੱਛੀ ਦਾ ਮਾਸ ਫਿਰ ਪੂਰਾ ਹੁੰਦਾ ਸੀ ਜਿੰਨਾ ਰਾਤ ਨੂੰ ਕੱਟਿਆ ਕੁਦਰਤੀਆਂ ਚੀਜ਼ਾਂ ਨੇ ਉਹ ਵੀ ਮੱਛੀ ਕਹਿੰਦੇ ਪਾਣੀ ਦੇ ਵਿੱਚ ਪਾ ਕੇ ਉਹਨਾਂ ਨੇ ਹੌਜ ਰੱਖੀ ਹੋਈ ਸੀ ਦਿੱਲੀ ਦੇ ਵਿੱਚ ਉਹ ਮੱਛੀ ਵੀ ਲੈ ਗਿਆ ਨਾਦਰ ਸ਼ਾਹ ਤੇ ਇੱਕ ਦੋ ਐਸੇ ਮੋਤੀ ਸਨ ਮੁਰਗ ਦੇ ਆਂਡੇ ਜਿੱਡੇ ਜਿੱਡਾ ਮੁਰਗ ਦਾ ਆਂਡਾ ਹੁੰਦਾ ਨਾ ਐਡੇ ਵੱਡੇ 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 ਮੋਤੀ ਸਨ ਦੋ 64 ਰੱਤੀ ਤੋਲ ਪਛਾਣ 64 ਰੱਤੀ ਉਹਦਾ ਤੋਲ ਸੀਗਾ ਐਡਾ ਵੱਡਾ ਮੋਤੀ ਲੱਭਦਾ ਨਹੀਂ ਪਰ ਉਹ ਮੁਗਲਾਂ ਕੋਲ ਸੀ ਬੁਲਾਈ ਤਿੰਨ ਕੀ ਵੱਡੀ ਅਪਾਰ ਬੜੀ ਗੋਲ ਮੋਤੀ ਸਨ ਤੇ 64 ਰੱਤੀ ਦੇ ਮੁਰਗ ਦੇ ਆਂਡੇ ਜਿੰਨੇ ਕਹੀ ਕਵੀਸ਼ਰ ਬੁੱਧ ਅਨੁਸਾਰ ਭਾਈ ਰਤਨ ਸਿੰਘ ਜੀ ਕਹਿੰਦੇ ਜੋ ਮੈਂ ਸਿਆਣਿਆਂ ਤੋਂ ਸੁਣਿਆ ਆਪਣੀ ਬੁੱਧੀ ਅਨੁਸਾਰ ਤੁਹਾਨੂੰ ਦੱਸ ਰਿਹਾ ਹਾਂ ਦੋਹਰਾ ਤਾਨ ਸੈਨ ਪਾਤਸ਼ਾਹ ਦੇ ਤੋਹਫੇ ਲਏ ਥੇ ਦੋਏ ਕਹਿੰਦੇ ਇੱਕ ਤਾਨ ਸ਼ੈਨ ਹੋਇਆ ਅਕਬਰ ਬਾਦਸ਼ਾਹ ਦੇ ਦਰਬਾਰ ਦਾ ਰਤਨ ਜਿਹੜਾ ਗਵਈਆ ਸੀਗਾ ਉਸ ਗਵਈਏ ਦੇ ਦੋ ਤੋਹਫੇ ਸਨ ਐਨ ਚੈਨ ਕੀ ਮਾਲ ਇੱਕ ਉਹ ਹੀਰਾ ਗੁਲਾਬੀ ਸੋਏ ਇੱਕ ਐਨ ਚੈਨ ਦੀ ਮਾਲਾ ਸੀ ਐਨ ਚੈਨ ਦੀ ਮਾਲਾ ਦਾ ਮਤਲਬ ਇਹ ਹੈ ਕਿ ਉਹ ਮਾਲਾ ਬਣੀ ਹੋਈ ਹੈ ਉਹਨੂੰ ਏਦਾਂ ਆਪਣੀਆਂ ਅੱਖਾਂ ਨਾਲ ਲਾ ਲਓ ਰਾਤ ਨੂੰ ਸੌਣ ਲੱਗਿਆ ਜਿੰਨੇ ਸਰੀਰ ਦੀ ਥਕਾਵਟ ਹੈ ਜਿੰਨੀ ਸਰੀਰ ਦੇ ਵਿੱਚ ਕੋਈ ਪਰੇਸ਼ਾਨੀ ਹੈ ਬੁਖਾਰ ਹੈ ਕੋਈ ਜ਼ੁਕਾਮ ਹੈ ਕੋਈ ਤਕਲੀਫ ਹੈ ਸਵੇਰ ਤੱਕ ਠੀਕ ਹੋ ਜਾਂਦੀ ਅੱਖਾਂ ਨਾਲ ਲਾਓ ਅੱਖਾਂ ਦੀਆਂ ਬਿਮਾਰੀਆਂ ਤਾਂ ਠੀਕ ਹੋਣੀਆਂ ਬਾਕੀ ਸਰੀਰ ਦੀਆਂ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਐਸੀ ਮਾਲਾ ਸੀਗੀ ਜਿਹੜੀ ਅਕਬਰ ਦੇ ਸਮੇਂ ਤੋਂ ਦਿੱਲੀ 'ਚ ਪਈ ਸੀ ਉਹ ਵੀ ਨਾਦਰ ਸ਼ਾਹ ਲੁੱਟ ਕੇ ਲੈ ਗਿਆ ਉਸ ਹੀਰੇ ਕੀ ਖਾਤਰ ਦਿੱਲੀ ਮੁਗਲ ਪਾਤਸ਼ਾਹ ਇੱਕ ਗੁਲਾਬੀ ਹੀਰਾ ਸੀਗਾ ਜਿਹੜਾ ਕਹਿੰਦੇ ਮੁਗਲੇ ਆਜ਼ਮ ਹੀਰਾ ਬਹੁਤ ਕੀਮਤੀ ਉਹ ਵੀ ਲੈ ਗਿਆ ਤੋੜੇ ਵੱਟ ਜਵਾਹਰੀ ਦੋਏ ਚਾਵਲ ਘੱਟ ਕਰਾਏ ਕਹਿੰਦੇ ਉਹ ਜਵਾਹਰੀ ਹੀਰਾ ਜਿਹੜਾ ਦੋ ਚਾਵਲ ਘੱਟ ਵਜਨ ਦਾ ਸੀ ਉਹ ਲੈ ਗਿਆ ਲੁੱਟ ਕੇ 12 ਰੱਤੀ ਥੋ ਪੱਕੀ ਉਹ ਦੋਏ ਚਾਵਲ ਘੱਟ ਸੋਏ 12 ਰੱਤੀ ਤੋਂ ਦੋ ਚਾਵਲ ਇਹ ਚਾਵਲ ਵਜਨ ਹੁੰਦਾ ਇੱਕ ਚਾਵਲ 8 ਚਾਵਲਾਂ ਦੀ ਰੱਤੀ ਹੁੰਦੀ ਹੈ ਸੋ ਉਹ ਦੋ ਚਾਵਲ ਤੋਂ ਘੱਟ 12 ਰੱਤੀ ਭਾਰ ਸੀ ਉਹਦਾ ਪਰੇ ਪਰਛਾਵੋ ਜਿਸ ਤਰਫ ਗੁਲਾਬੀ ਸੋ ਪਾਸ ਹੋਏ ਜਿੱਧਰ ਉਹਦਾ ਪਰਛਾਵਾਂ ਪੈਂਦਾ ਉਹਦੀ ਗੁਲਾਬੀ ਭਾ ਮਾਰਦਾ ਸੀ ਉਹਨੂੰ ਗੁਲਾਬੀ ਹੀਰਾ ਤਾਂ ਕਹਿੰਦੇ ਆ ਹਾਂਜੀ ਚਾਉ ਪਈ ਐਨ ਚੈਨ ਕੀ ਮਾਲਾ ਜੋਏ ਜਿਹੜੀ ਤਾਨ ਸੈਨ ਨੇ ਲਈ ਸੀ ਮਾਲਾ ਐਨ ਚੈਨ ਦੀ ਮਾਲਾ ਉਹਦਾ ਇਹ ਗੁਣ ਹੈ ਅੱਖ ਸੁਹਾਏ ਦੁੱਖ ਤੇ ਖੋਏ ਅੱਖਾਂ ਨਾਲ ਸੁਹਾ ਦਿਓ ਬੰਦੇ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਸੀ ਸੋ ਨਾਦਰ ਤਰਕਸ ਲਟਕਾਈ ਕਹਿੰਦੇ ਉਹ ਮਾਲਾ ਨੂੰ ਆਪਣੇ ਤੀਰਾਂ ਦੇ ਪੱਥੇ ਨਾਲ ਲਟਕਾ ਲਿਆ ਨਾਦਰ ਨੇ ਛਿਦਰ ਚਾਰ ਕਰ ਪੱਤ ਗਵਾਈ ਉਹਦੇ ਚਾਰ ਟੋਟੇ ਕਰ ਦਿੱਤੇ ਉਹਦੀ ਇੰਨੀ ਜਿਵੇਂ ਲੁਟੇਰੇ ਲੋਕ ਕਰਦੇ ਨਾ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਾਜ ਵਾਲੀ ਗੱਲ ਹੈ ਉਸ ਲੁਟੇਰੇ ਨੂੰ ਕੀ ਪਤਾ ਸੀ ਕਿੰਨੀ ਕੀਮਤੀ ਚੀਜ਼ਾਂ ਨੇ ਉਹ ਐਨ ਚੈਨ ਦੀ ਮਾਲਾ ਦੇ ਚਾਰ ਟੋਟੇ ਕਰਕੇ ਆਪਣੇ ਤੀਰ ਕਮਾਨ ਦੇ ਪੱਥੇ ਨਾਲ ਜੋੜ ਲਏ ਅੱਸੀ ਹੱਠ ਥੋ ਕਰੋੜੋ ਪੱਤੀ ਸੋ ਖਾਲਸਾ ਜੀ ਨਾਦਰ ਨੇ ਜੋ ਕੁਝ ਸੀਗਾ ਦਿੱਲੀ ਦੇ ਖਜ਼ਾਨੇ ਚੋਂ ਲੁੱਟਿਆ ਤੇ 70,000 ਬੰਦਾ ਵੀ ਕਤਲ ਕੀਤਾ 70,000 ਮੁਹੰਮਦ ਸ਼ਾਹ ਰੰਗੀਲੇ ਨੇ ਵੇਖ ਲਿਆ ਵੀ ਹੁਣ ਮੇਰਾ ਇਹਦੇ ਅੱਗੇ ਜ਼ੋਰ ਨਹੀਂ ਚੱਲਣਾ ਉਹਨੇ ਆਪਣੀ ਲੜਕੀ ਦੇ ਦਿੱਤੀ ਜਵਾਈ ਬਣਾ ਲਿਆ ਨਾਦਰ ਨੂੰ ਨਿਕਾਹ ਹੋ ਗਿਆ ਨਾਦਰ ਦੇ ਪੁੱਤਰ ਨੂੰ ਆਪਣੇ ਪਰਿਵਾਰ ਦੀਆਂ ਹੋਰ ਲੜਕੀਆਂ ਵਿਆਹ ਕੇ ਦਿੱਤੀਆਂ ਨਾਦਰ ਦੇ ਭਾਣਜਿਆਂ ਨੂੰ ਭਤੀਜਿਆਂ ਨੂੰ ਉਹਦੇ ਪਰਿਵਾਰ ਦੇ ਬਹੁਤ ਸਾਰੇ ਲੜਕੀਆਂ ਮੁਗਲਾਂ ਦੀਆਂ ਭੇਟਾਂ ਕੀਤੀਆਂ ਦਿੱਲੀ ਦਰਬਾਰ ਦੀਆਂ ਉਸ ਤੋਂ ਬਾਅਦ ਇਹ ਸਾਰੇ ਖਜ਼ਾਨੇ ਵੀ ਦਿੱਤੇ ਅਤੇ ਅਰਬਾਂ ਖਰਬਾਂ ਰੁਪਈਆ ਵੀ ਲੁੱਟਿਆ ਉਹਨੇ
ਇੱਕ ਦਿਨ ਨਾਦਰ ਸ਼ਾਹ ਨੂੰ ਮੁਹੰਮਦ ਸ਼ਾਹ ਕਹਿੰਦਾ ਆਓ ਜੀ ਆਪਾਂ ਕਿਲੇ 'ਚ ਨਮਾਜ਼ ਪੜ੍ਹੀਏ ਇਕੱਠੇ। ਉਹ ਕਿਲੇ 'ਚ ਲੈ ਗਿਆ, ਜਦੋਂ ਨਮਾਜ਼ ਪੜ੍ਹਨ ਲਈ ਅੰਦਰ ਵੜਨ ਲੱਗਾ ਨਾ ਨਾਦਰ ਚਲਾ ਗਿਆ, ਅਤੇ ਪਿੱਛੇ ਨਾਦਰ ਦੀ ਫੌਜ ਬਾਹਰ ਸੀਗੀ ਅਤੇ ਤਿੰਨ ਚਾਰ ਸੁੱਖਾ ਪੀਣ ਵਾਲੇ ਭੰਗ ਭੰਗੜ ਜਿਹੜੇ ਹੁੰਦੇ ਆ ਭੰਗੀ ਭੰਗ ਪੀਂਦੇ ਆ, ਉਹ ਨਸ਼ੇ ਦੇ ਵਿੱਚ ਭੰਗ ਦੀ ਲੋਰ 'ਚ ਗੱਲਾਂ ਕਰਨ ਲੱਗ ਪਏ। ਕਹਿੰਦੇ ਆਹਾ ਹੁਣ ਪਤਾ ਲੱਗੇਗਾ ਨਾ ਨਾਦਰ ਨੂੰ ਸਾਡਾ ਬਾਦਸ਼ਾਹ, ਯਾਨੀ ਮੁਹੰਮਦ ਸ਼ਾਹ ਰੰਗੀਲਾ ਉਹਨਾਂ ਦਾ ਦਿੱਲੀ ਵਾਲਿਆਂ ਦਾ, ਸਾਡਾ ਬਾਦਸ਼ਾਹ ਨਾਦਰ ਨੂੰ ਅੰਦਰ ਲੈ ਗਿਆ, ਅੰਦਰ ਜਾ ਕੇ ਨਾਦਰ ਨੂੰ ਆਪਾਂ ਮਾਰ ਦੇਣਾ ਅਤੇ ਫਿਰ ਪਤਾ ਲੱਗੇਗਾ ਵੀ ਸਾਡਾ ਦਿੱਲੀ ਕਿਵੇਂ ਲੁੱਟ ਕੇ ਲੈ ਜਾਂਦਾ। ਉਹ ਕਿਸੇ ਬੰਦੇ ਨੇ ਨਾਦਰ ਦੇ ਸਿਪਾਹੀ ਨੇ ਗੱਲ ਸੁਣ ਲਈ, ਉਹ ਘੋੜਾ ਦੜਾ ਕੇ ਕਿਲੇ ਲਾਲ ਵਿੱਚ ਵੜ ਗਿਆ। ਉਹਨੇ ਜਾ ਕੇ ਨਾਦਰ ਦੇ ਕੰਨ 'ਚ ਕਹਿਤਾ ਵੀ ਇਹ ਤਾਂ ਤੈਨੂੰ ਮਾਰਨ ਲਈ ਲੈ ਕੇ ਆਏ ਆ। ਐਵੇਂ ਹੀ ਉੱਡਦੀ ਉੱਡਦੀ ਗੱਲ ਭੰਗੜਾ ਦੀ, ਨਸ਼ੇ 'ਚ ਕਈ ਵਾਰੀ ਨਾ ਪੁੱਠੇ ਕੰਮ ਹੋ ਜਾਂਦੇ ਆ, ਉਹ ਗੱਲ ਕਰ ਦਿੱਤੀ ਅਤੇ ਉਹਨਾਂ ਦੀ ਗੱਲ ਕੀ ਹੋਇਆ ਵੀ ਨਾਦਰ ਨੇ ਤਲਵਾਰ ਕੱਢ ਲਈ, ਤਲਵਾਰ ਕੱਢ ਕੇ ਕਹਿਣ ਲੱਗਾ ਕਤਲ ਕਰ ਦਿਓ ਦਿੱਲੀ ਸਾਰੀ। 2.5 ਲੱਖ ਫੌਜ ਸੀ ਨਾਦਰ ਸ਼ਾਹ ਦੀ, ਤਲਵਾਰਾਂ ਲੈ ਕੇ ਪੈ ਗਏ ਦਿੱਲੀ 'ਚ, ਗਰੀਬ ਗੁਰਬਾ ਜੋ ਸਾਹਮਣੇ ਆਇਆ ਮਾਰ ਦਿੱਤਾ। ਇੱਕ ਦਿਨ ਦੇ ਵਿੱਚ ਲਾਲ ਕਿਲੇ ਤੋਂ ਲੈ ਕੇ ਸਬਜ਼ੀ ਮੰਡੀ ਤੱਕ ਇੱਧਰ ਜਿੰਨਾ ਇਲਾਕਾ ਦਿੱਲੀ ਸ਼ਹਿਰ ਦਾ, 70,000 ਲਾਸ਼ਾਂ ਦੇ ਢੇਰ ਲੱਗ ਗਏ, 70,000 ਬੰਦਾ ਵੱਢ ਦਿੱਤਾ। ਅਤੇ ਨਾ ਮੁਹੰਮਦ ਸ਼ਾਹ ਰੰਗੀਲਾ ਬਾਦਸ਼ਾਹ ਇੰਨਾ ਵੀ ਨਹੀਂ ਕਹਿ ਸਕਿਆ ਵੀ ਬੱਸ ਕਰ ਹੁਣ, ਉਹ ਡਰਦਾ ਸੀ ਮੈਨੂੰ ਨਾ ਮਾਰ ਦੇਵੇ। ਵਜ਼ੀਰ ਬੜੇ ਸਿਆਣੇ ਸੀ, ਉਹ ਦਲੇਰ ਹੋ ਕੇ ਗਏ ਬਾਦਸ਼ਾਹ ਨੂੰ ਕਹਿਣ ਲੱਗੇ ਵੀ ਸਾਨੂੰ ਮਾਰ ਦੇ, ਗਰੀਬਾਂ ਨੂੰ ਕਿਉਂ ਮਾਰਦਾ, ਗਰੀਬ ਲੋਕ ਇਹ ਵੀ ਮੁਸਲਮਾਨ ਹੀ ਨੇ ਜਿਨ੍ਹਾਂ ਨੂੰ ਤੂੰ ਵੱਢੀ ਜਾ ਰਹੇ ਹੋ, ਛੱਡੋ ਇਹਨਾਂ ਨੂੰ। ਫਿਰ ਨਾਦਰ ਨੇ ਤਲਵਾਰ ਮਿਆਨ 'ਚ ਪਾਈ, 70,000 ਬੰਦਾ ਦਿੱਲੀ 'ਚ ਕਤਲ ਕੀਤਾ ਅਤੇ ਇੰਨਾ ਖਜ਼ਾਨਾ ਲੁੱਟ ਕੇ ਨਾਦਰ ਵਾਪਸ ਮੁੜਿਆ। ਜਿਸ ਨਾਦਰ ਦੇ ਸਾਹਮਣੇ ਈਰਾਨ ਤੋਂ ਲੈ ਕੇ ਦਿੱਲੀ ਤੱਕ ਕੋਈ ਅੜਿਆ ਨਹੀਂ ਸੀ, ਉਸ ਨਾਦਰ ਨੂੰ ਕਲਗੀਆਂ ਵਾਲੇ ਦਾ ਖਾਲਸਾ ਰਾਜ ਪੈ ਗਿਆ। ਕਰਨਾਲ, ਪਾਣੀਪਤ ਨਹੀਂ ਟੱਪਣ ਦਿੱਤਾ, ਬਾਬਾ ਦੀਪ ਸਿੰਘ ਜੀ ਦਮਦਮੇ ਵੱਲੋਂ ਜਥਾ ਲੈ ਕੇ ਆ ਗਏ, ਇੱਧਰੋਂ ਮਾਝੇ ਦੇ ਸਿੰਘ ਆ ਗਏ, ਮਾਲਵੇ ਦੇ ਸਿੰਘ ਆ ਗਏ, ਅਤੇ ਇਹਨਾਂ ਨੇ ਇੱਕ ਵਿਉਂਤਬੰਦੀ ਕੀਤੀ ਵੀ 2,000 ਦੇ ਜਥੇ ਬਣਾ ਲਏ। 2,000 ਦਾ ਜਥਾ 20 ਮੀਲ ਇੱਧਰ ਬੈਠਾ ਹੁੰਦਾ ਸੀ, ਉਹ ਇੱਕਦਮ ਦੌੜ ਕੇ ਪੈਂਦਾ ਸੀ ਅਤੇ ਉਹ ਜਿਹੜੀਆਂ ਕੁੜੀਆਂ 22,000 ਲੜਕੀਆਂ ਬੰਨ੍ਹ ਕੇ ਨਾਦਰ ਲਿਜਾ ਰਿਹਾ ਸੀ ਨਾ, ਉਹ ਛੁਡਾ ਕੇ ਅਗਾਂਹ ਨੂੰ ਲੰਘ ਜਾਂਦੇ ਸੀ, ਉਹਨਾਂ ਦੇ ਪਿੱਛੇ ਨਾਦਰ ਦੇ ਸਿਪਾਹੀ ਪੈਂਦੇ ਸੀ। ਉੱਧਰੋਂ ਇੱਕ ਹੋਰ ਜਥਾ ਦੂਸਰੀ ਸਾਈਡ 'ਤੇ ਹੁੰਦਾ ਸੀ, ਉਹ ਵਿੱਚੋਂ ਦੀ ਆ ਕੇ ਉਹਨਾਂ ਨੂੰ ਕਤਲ ਕਰਕੇ ਅਤੇ ਦੂਜੀਆਂ ਲੜਕੀਆਂ ਛੁਡਾ ਕੇ ਲੈ ਜਾਂਦਾ ਸੀ। ਇੱਦਾਂ ਖਾਲਸੇ ਨੇ ਲਾਹੌਰ ਜਾਂਦਿਆਂ ਜਾਂਦਿਆਂ ਤੱਕ 22,000 ਲੜਕੀਆਂ ਛੁਡਾਈਆਂ। ਨਾਦਰ ਕੋਲੋਂ ਬਹੁਤ ਮਹਿੰਗੇ ਮਹਿੰਗੇ ਘੋੜੇ ਅਤੇ ਸ਼ਸਤਰ ਖੋਏ, ਤੋਪਾਂ ਖੋਈਆਂ, ਅਤੇ ਉਹਦੇ ਕੋਲੋਂ ਬਹੁਤ ਸਾਰਾ ਪੈਸਾ ਅਤੇ ਖਜ਼ਾਨਾ ਖੋਹ ਕੇ ਸਿੰਘ ਮਾਲੋ ਮਾਲ ਹੋ ਗਏ। ਨਾਦਰ ਸ਼ਾਹ ਪਹੁੰਚਿਆ ਲਾਹੌਰ, ਉਹਨੇ ਜ਼ਕਰੀਆ ਖਾਨ ਨੂੰ ਪੁੱਛਿਆ, ਕਹਿਣ ਲੱਗਾ ਜ਼ਕਰੀਆ ਖਾਨ, ਮੈਂ ਈਰਾਨ ਤੋਂ ਲੈ ਕੇ ਦਿੱਲੀ ਤੱਕ ਮੇਰੇ ਸਾਹਮਣੇ ਕੋਈ ਅੜਿਆ ਨਹੀਂ, ਇਹ ਕੌਣ ਨੇ ਜਿਨ੍ਹਾਂ ਨੇ ਮੈਨੂੰ ਲੁੱਟ ਲਿਆ। ਸੋ ਸਾਧ ਸੰਗਤ ਜੀ ਪੁਕਾਰ ਪਹੁੰਚੀ, ਅਕਾਲ ਪੁਰਖ ਨੇ ਬਹਾਨਾ ਬਣਾ ਦਿੱਤਾ, ਨਾਦਰ ਸ਼ਾਹ ਈਰਾਨ ਤੋਂ ਚੜ੍ਹ ਕੇ ਹਿੰਦੁਸਤਾਨ ਵੱਲ ਆਇਆ, 2.5 ਲੱਖ ਫੌਜ ਉਹਦੇ ਕੋਲ ਸੀ। ਉਹਨੇ ਰਸਤੇ 'ਚ ਕਾਬਲ, ਕੰਧਾਰ, ਜਲਾਲਾਬਾਦ, ਪਸ਼ਾਵਰ, ਮੁਲਤਾਨ, ਲਾਹੌਰ ਨੂੰ ਫਤਿਹ ਕੀਤਾ ਅਤੇ ਦਿੱਲੀ ਜਾ ਡੇਰਾ ਲਾਇਆ, ਦਿੱਲੀ ਨੂੰ ਬੁਰੀ ਤਰ੍ਹਾਂ ਲੁੱਟਿਆ। ਕਹਿੰਦੇ ਅਰਬਾਂ ਖਰਬਾਂ ਰੁਪਈਆ, ਨਗਦ, ਹੀਰੇ ਮੋਤੀ, ਤਖ਼ਤੇ ਤਾਊਸ ਜੋ 9 ਕਰੋੜ ਦਾ ਬਣਿਆ ਹੋਇਆ ਸੀ, ਕੋਹਿਨੂਰ ਹੀਰਾ ਜੋ ਅੱਜ ਕੱਲ੍ਹ ਅੰਗਰੇਜ਼ਾਂ ਕੋਲ ਲੰਡਨ ਵਿੱਚ ਹੈ, ਪਾਂਡਵਾਂ ਦੇ ਸਮੇਂ ਦਾ ਹੀਰਾ, ਅਤੇ ਖਾਲਸਾ ਜੀ ਮੁਗਲੇ ਆਜ਼ਮ ਹੀਰਾ, ਗੁਲਾਬੀ ਹੀਰਾ ਅਤੇ ਹੋਰ ਬੜਾ ਕੁਝ ਸਮਾਨ ਉਹ ਲੁੱਟ ਕੇ ਲੈ ਗਿਆ। ਨਾਦਰ ਨੇ ਮੁਹੰਮਦ ਸ਼ਾਹ ਰੰਗੀਲਾ, ਮੁਗਲੇ ਬਾਦਸ਼ਾਹ ਹਿੰਦੁਸਤਾਨ ਦਾ ਜੋ ਬਾਦਸ਼ਾਹ ਸੀ, ਔਰੰਗਜ਼ੇਬ ਦਾ ਪੜਪੋਤਰਾ, ਉਹਦੀ ਲੜਕੀ ਦੇ ਨਾਲ ਆਪਣਾ ਨਿਕਾਹ ਪੜਿਆ ਅਤੇ ਆਪਣੇ ਪੁੱਤਰ ਨੂੰ ਵੀ ਉਸੇ ਖਾਨਦਾਨ 'ਚ ਵਿਆਹਿਆ। ਆਪਣੇ ਪਰਿਵਾਰ ਦੇ ਬਹੁਤ ਸਾਰੇ ਭਤੀਜੇ ਭਣੇਵਿਆਂ ਦੀ ਸ਼ਾਦੀ ਮੁਗਲੀਆ ਖਾਨਦਾਨ ਦੀਆਂ ਸੁੰਦਰ ਸਜਾਦੀਆਂ ਨਾਲ ਕੀਤੀ ਔਰ ਇੱਕ ਦਿਨ ਵਿੱਚ 70,000 ਬੰਦਾ ਦਿੱਲੀ 'ਚ ਕਤਲ ਵੀ ਕਰਵਾ ਦਿੱਤਾ। 22,000 ਲੜਕੀਆਂ ਬੰਨ੍ਹ ਕੇ ਲੜਕੇ ਕੈਦ ਕਰਕੇ ਕਾਬਲ ਵੱਲ ਵਾਪਸ ਪਰਤਿਆ। ਉਸ ਨਾਦਰ ਨੇ ਮੁਗਲਾਂ ਦੀ ਜਿਹੜੀ ਰਾਜਧਾਨੀ ਸਦੀਆਂ ਤੋਂ ਦਿੱਲੀ ਸੀਗੀ,
उस दिल्ली दे पैर ढिले कर दिते, ताकत खत्म कर दिती, दिल्ली ढिली हो गई। सो दिल्ली दी एक कमजोरी खालसे दे वास्ते रास आ गई। सिंह उन्हां दिनां च कामयाब हो गए, क्योंकि जे दिल्ली वाले कामयाब सन तो सिंघां नूं जीण नहीं सी दिंदे। पंजाब दे विच जकरिया खां सिखां नूं नहीं सी जीण दिंदा, उतों दिल्ली वाले कहिंदे सी वी बागी कोई रहण नहीं देना। सो ये हालात जदों बदल गए, उस वेले की कथा भाई साहब जी रतन सिंह जी भंगू लिख रहे हैं। ये गुरु गोबिंद सिंह ज्योति जोत समाण तो 30 साल बाद की घटना है। महाराज 1708 में ज्योति जोत समाए, ये 1738 नादर आया तो 39 वापस गया। सो कथा सुनो प्यार नाल, सारी संगत आखो सतनाम श्री वाहेगुरु साहिब जी, सतनाम श्री वाहेगुरु साहिब जी। दोहरा सिंघन की फरियाद जब पुजी सच्ची दरगाहे। जदों रोज हजारां सिख मारे जांदे सी, सिखां दे बच्चे भी कोह के मार दिते जांदे सी, सिखां नूं घरां विच रहना नसीब नहीं सी और सिखां दे सिरां दे मुल पैंदे सी, उस वेले उन्हां गरीब सिखां दीआं पुकारां ओ सच्ची दरगाह च पहुंच गईआं। आफत उठी खुरासान ते परी दिल्ली पर आए। आफत उठी खुरासान ते, खुरासान खसमाना किया हिंदुस्तान डराया। पहला भी गुरु नानक साहब दे समय भी होया सी, जदों बाबर आया सी कहिंदे उधरों ही फिर आफत उठी। नादर शाह चढ़ के आया लगभग 250 साल बाद। उस नादर ने आके दिल्ली का वह हाल किया जेड़ा कदी बाबर ने किया सी। दोहरा दिल्ली खूब सो उन लुटी डेरा बरस कराए। एक साल नादर दिल्ली बैठा रहा ते दिल्ली नू खूब लुटिया। दिल्ली का खजाना सदियां पुराना सांभिया पिया सी, जेदे विच बेशुमार हीरे मोती सोना चांदी कई हाथी ते ऊंठ लद के लै गया। एक साल इथे रह के दिल्ली नूं बुरी तरह लुटिया ते कतल कीता। दरब पदम कई लै गयो फिर पूछियो खानू आए। कई अरबां खरबां रुपया पदम दस्या भी अरब खरब, उस तों अगे नील हुंदा फिर पदम हुंदा, उहनूं 10-10 नाल गुणा करी जाओ ते किते जा के गल पैंदी है। इदां कई अरबां खरबां रुपया लै गया, दिल्ली तों वापस परतिया। जदों वापस परत्या करनाल कुरक्षेत्र टप के नादर ने वो आप दे अगे चला गया। उहदियां फौजां पिछे आ रही सन, फौज बड़ी सी उहदी 2.5 लाख फौज सी, 22,000 बच्चे बच्चियां कुड़ियां मुंडे नौजवान लड़कियां बड़ियां सुंदर सुंदर वह बन के लै चलिया। उस वेले का एक गाना माइयां पुराणियां गाउंदियां हुंदियां सी पंजाब च, हुण ते पंजाब दे लोक गीत अजकल खत्म ही होंदे जा रहे हैं। पुरानियां माइया चरखा कतदियां ते गीत गांदियां सी, टप्पे गांदियां सीगियां, माइया गाना उहदे विच गांदियां सी, छई 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 गई रन बसरे नूं गई, वे मोड़ी बाबा डांग वालिया, वे मोड़ी बाबा कछ वालिया। वह बीबिया की वह पुकार सी जिहड़ी नादर शाह दियां बन्नियां होईयां लड़कियां पुकार रही सन कि खालसा सानू आके छुड़ावे। तो साध संगत जी, सिंघां दे जथेदार नवाब कपूर सिंह, बाबा दीप सिंह, बाबा दरबारा सिंह, होर जिहड़े मुखी सिंह सन, उन्हां सारियां सिंघां दे जथे नित्रे। उन्हां सिंघां ने नादर नूं रस्ते च लुट लिया, लुटिया बड़े तरीके नाल, 2-2 हज़ार दे जथे बना ले अपने। एक पासे सिंघां दा 2-2.5 हज़ार दा दल आउंदा सीगा, उह लड़कियां नूं छुड़ा के दूजे पासे 50-100 मील अगे निकल जांदा सीगा। उहदे पिछे जिन्ने जिन नूं जांदे सी विच्चों होर दल खालसे दा विच्चों ही आ के दूजे पासे चढ़ा के होर पासे निकल जांदा सीगा। नादर दी फौज नूं बोली नहीं सी सिखां दी समझ आउंदी, उहनां नूं सिखां दे गोड़वाल जिहड़े खालसे दे गुप्त बोले सी उह तां की समझ आउणे सीगे पंजाब दे। सो खालसे ने इदां नादर दे कोलों 22,000 लड़कियां छुड़ा लईआं, बड़े लखां रुपया नादर दे कोलों खोह लिया, चंगे चंगे घोड़े भी सिंघ खोह के लै गए। उस लुट दी मार विचों चंगा चंगा तरदा तरदा गफा खालसा लैके जंगलां चला गया। चाओ पई पूछियो नादर ने खानू आए। नादर लाहौर पहुंचया, उन्हू खबरां मिलियां भी रस्ते च तेरे दल नूं किसे ने लुट लिया है। हिंदुस्तानियां विचों पंजाबियां विचों एक जथा है
ਜਿਹਨਾਂ ਨੂੰ ਸਿੱਖ ਕਹਿੰਦੇ ਆ, ਉਹਨਾਂ ਨੇ ਅਜੇ ਆਪਾਂ ਤਾਂ ਸਿੱਖ ਕਹਿੰਦੇ ਹਾਂ ਨਾ, ਉਹ ਜਿਹੜੇ ਨੇ ਉਹ ਖੱਖਾ ਨਹੀਂ ਬੋਲ ਸਕਦੇ, ਉਹ ਸਿੱਖ ਕਹਿੰਦੇ। ਸਿੱਖ ਅਜੇ ਵੀ ਉੱਧਰ ਜਾਓ ਤੁਸੀਂ ਅਫਗਾਨਿਸਤਾਨ ਵੱਲੋਂ, ਸਾਨੂੰ ਸਿੱਖ ਕਹਿੰਦੇ, ਕੱਕੇ ਨਾਲ ਬੋਲਦੇ ਆ, ਕਹਿੰਦੇ ਕੋਈ ਸਿੱਖ ਨੇ ਉਹਨਾਂ ਨੇ ਸਾਨੂੰ ਲੁੱਟ ਲਿਆ। ਜਦੋਂ ਇੱਦਾਂ ਦੱਸਿਆ ਤਾਂ ਨਾਦਰ ਸ਼ਾਹ ਬੜਾ ਹੈਰਾਨ ਹੋਇਆ, ਕਹਿੰਦੇ ਕੌਣ ਨੇ ਉਹ, ਕਿੱਦਾਂ ਦੇ ਨੇ? ਉਹਨੇ ਉਸ ਵੇਲੇ ਜੋ ਪੰਜਾਬ ਦਾ ਗਵਰਨਰ ਸੀ ਜ਼ਕਰੀਆ ਖਾਨ, ਖਾਨੂ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਪੁੱਛਿਆ, ਹਮਕੋ ਲੁੱਟਣ ਦਾਰ ਬਤਾਈ। ਨਾਦਰ ਕਹਿੰਦਾ ਜ਼ਕਰੀਆ ਖਾਨ ਮੈਨੂੰ ਉਹਨਾਂ ਦਾ ਐਡਰੈਸ ਦੇ ਦੇ, ਉਹਨਾਂ ਦਾ ਪਤਾ ਦੇ ਦੇ ਜਿਨ੍ਹਾਂ ਨੇ ਹਮਕੋ ਲੁੱਟਿਆ ਹੈ, ਮੈਨੂੰ ਲੁੱਟਿਆ ਹੈ। ਮੈਂ ਈਰਾਨ ਤੋਂ ਆਇਆ, ਈਰਾਨ ਤੋਂ ਅਫਗਾਨਿਸਤਾਨ, ਪੰਜਾਬ ਉਦੋਂ ਪਾਕਿਸਤਾਨ ਨਹੀਂ ਸੀਗਾ, ਈਰਾਨ ਅਤੇ ਅਫਗਾਨਿਸਤਾਨ ਅਤੇ ਅੱਗੇ ਪੰਜਾਬ ਆ ਜਾਂਦਾ ਸੀ, ਪੰਜਾਬ ਤੋਂ ਅੱਗੇ ਦਿੱਲੀ ਸੀ। ਕਹਿੰਦਾ ਈਰਾਨ ਤੋਂ ਲੈ ਕੇ ਦਿੱਲੀ ਤੱਕ ਮੇਰੇ ਸਾਹਮਣੇ ਕੋਈ ਅੜਿਆ ਨਹੀਂ, ਇਹ ਕੌਣ ਨੇ ਜਿਨ੍ਹਾਂ ਨੇ ਮੈਨੂੰ ਲੁੱਟਿਆ, ਮੈਨੂੰ ਜਰਾ ਉਹਨਾਂ ਦਾ ਨਾਂ ਦੱਸ ਦੇ। ਜਿਨ ਲੁੱਟ ਖਾਇਓ ਹਮਰੋ ਰਾਹੋ, ਜਿਨ੍ਹਾਂ ਨੇ ਮੇਰਾ ਰਾਹ ਰੋਕਿਆ ਹੈ, ਜਿਨ੍ਹਾਂ ਨੇ ਮੇਰਾ ਰਾਹ ਲੁੱਟ ਖਾਧਾ ਹੈ, ਮੇਰੀ ਰਾਹ ਜਾਂਦੀ ਫੌਜ ਦੇ ਕੋਲੋਂ ਲੜਕੀਆਂ ਛੁਡਾ ਕੇ ਲੈ ਗਏ ਨੇ, ਮੇਰੀ ਫੌਜ ਦੇ ਘੋੜੇ ਖੋਹ ਕੇ ਲੈ ਗਏ ਨੇ, ਮੇਰੀ ਫੌਜ ਦੇ ਕੋਲੋਂ ਪੈਸਾ ਟਕਾ ਖੋਹ ਕੇ ਲੈ ਗਏ ਨੇ, ਕੌਣ ਨੇ ਉਹ, ਦੱਸ ਤਾਂ ਸਹੀ ਜਰਾ। ਮੁਲਕ ਉਸੈ ਕੀ ਉਡਾ ਦਿਓ ਸਵਾਹੀ, ਮੈਂ ਉਹਨਾਂ ਸਿੱਖਾਂ ਦੇ ਮੁਲਕ ਦੀ ਸਵਾਹ ਵੀ ਉਡਾ ਦਿਆਂਗਾ, ਮੈਂ ਦੁਨੀਆ ਦੇ ਉੱਤੇ ਉਹਨਾਂ ਸਿੱਖਾਂ ਦਾ ਨਾਮੋ ਨਿਸ਼ਾਨ ਨਹੀਂ ਰਹਿਣ ਦਿਆਂਗਾ। ਉਹ ਕਿਹੜੇ ਮੁਲਕ ਦੇ ਰਹਿਣ ਵਾਲੇ ਨੇ, ਉਹਨਾਂ ਦੀ ਜਾਤ ਕੀ ਹੈ, ਉਹਨਾਂ ਦੀ ਬਰਾਦਰੀ ਭਾਈਚਾਰਾ, ਉਹਨਾਂ ਦਾ ਟਿਕਾਣਾ ਦੱਸ ਦੇ ਜਰਾ ਮੈਨੂੰ। ਨਾਦਰ ਸ਼ਾਹ ਦੀ ਗੱਲ ਸੁਣ ਕੇ ਖਾਨ ਬਹਾਦਰ ਜ਼ਕਰੀਆ ਖਾਨ ਏਦਾਂ ਕਹਿਣ ਲੱਗਾ, ਮੁਲਕ ਉਸੈ ਕੋ ਨਾਹੇ ਨਿਸ਼ਾਨੀ, ਕਹਿਣ ਲੱਗਾ ਜੀ ਉਹਨਾਂ ਦੇ ਮੁਲਕ ਦੀ ਕੋਈ ਨਿਸ਼ਾਨੀ ਨਹੀਂ ਹੈ, ਉਹਨਾਂ ਦਾ ਮੁਲਕ ਸਾਰੀ ਧਰਤੀ ਹੀ ਮੰਨਦੇ ਹਨ, ਉਹ ਸਾਰੀ ਧਰਤੀ ਦੇ ਮਾਲਕ ਆਪਣੇ ਆਪ ਨੂੰ ਕਹਿੰਦੇ ਹਨ, ਖਾਲਸਾ ਹੋਵੇ ਖੁਦ ਖੁਦਾ, ਜਿਮ ਖੂਬੀ ਖੂਬ ਖੁਦਾਏ, ਆਨ ਨਾ ਮਾਨੇ ਆਨ ਕੀ, ਇੱਕ ਬਿਨ ਸੱਚੇ ਪਾਤਸ਼ਾਹ ਇੱਕ ਅਕਾਲ ਪੁਰਖ ਤੋਂ ਡਰਦੇ ਨੇ, ਹੋਰ ਕਿਸੇ ਦੀ ਪਰਵਾਹ ਨਹੀਂ ਕਰਦੇ। ਖੜੇ ਸੋਵੈ ਔ ਚਲਤੇ ਖਾਹੇ, ਉਹ ਖੜੇ ਖੜੇ ਸੌ ਲੈਂਦੇ ਨੇ, ਦਰਖਤਾਂ ਦੇ ਨਾਲ ਢਾਸਣਾ ਲਾ ਕੇ ਤੇ ਚਲਦੇ ਚਲਦੇ ਖਾ ਲੈਂਦੇ ਨੇ, ਕਿਸੇ ਪਿੰਡ ਸ਼ਹਿਰ 'ਚ ਘਰ ਬਣਾ ਕੇ ਨਹੀਂ ਰਹਿੰਦੇ। ਤੁਹਾਨੂੰ ਮੈਂ ਦੱਸ ਦਿੰਦਾ, ਜੇ ਉਹਨਾਂ ਦਾ ਕੋਈ ਪਿੰਡ ਹੁੰਦਾ ਤੇ ਉਹਨਾਂ ਦਾ ਘਰ ਹੁੰਦਾ, ਉਹਨਾਂ ਦਾ ਕੋਈ ਸ਼ਹਿਰ ਹੁੰਦਾ, ਮੈਂ ਦੱਸ ਦਿੰਦਾ, ਉਹਨਾਂ ਦਾ ਕੋਈ ਮੁਲਕ ਨਹੀਂ, ਕੋਈ ਪਿੰਡ ਨਹੀਂ, ਕੋਈ ਟਿਕਾਣਾ ਨਹੀਂ, ਉਹ ਘੋੜਿਆਂ ਦੀਆਂ ਕਾਠੀਆਂ ਤੇ ਚੜੇ ਰਹਿੰਦੇ ਨੇ, ਉਹ ਲੂਣ ਤੇ ਘਿਓ ਦਾ ਸਵਾਦ ਨਹੀਂ ਜਾਣਦੇ, ਉਹਨਾਂ ਨੂੰ ਪਤਾ ਨਹੀਂ ਵੀ ਲੂਣ ਕੀ ਚੀਜ਼ ਹੁੰਦੀ ਹੈ, ਯਾਨੀ ਕਿ ਕਦੀ ਰੋਟੀ ਚੱਜ ਨਾਲ ਖਾਧੀ ਨਹੀਂ, ਜੇ ਚੱਜ ਨਾਲ ਖਾਧੀ ਤਾਂ ਹੀ ਪਤਾ ਹੁੰਦਾ ਨਾ ਵੀ ਲੂਣ ਹੈ ਕਿ ਨਹੀਂ ਹੈ, ਘਿਓ ਦਾ ਉਹਨਾਂ ਨੂੰ ਪਤਾ ਨਹੀਂ ਵੀ ਥਿੰਦਾ ਵੀ ਕਦੀ ਕੋਈ ਖਾ ਕੇ ਵੇਖਿਆ, ਇਹੋ ਜਿਹੇ ਲੋਕ ਹਨ, ਉਹ ਤੇ ਜੰਗਲਾਂ 'ਚ ਰਹਿੰਦੇ ਨੇ। ਹਮ ਦੁੱਖ ਦੇਵੈ ਵੈ ਸੁੱਖ ਮਾਨੈ, ਅਸੀਂ ਉਹਨਾਂ ਨੂੰ ਤਸੀਹੇ ਦਿੰਦੇ ਹਾਂ, ਦੁੱਖ ਦਿੰਦੇ ਹਾਂ, ਅਸੀਂ ਉਹਨਾਂ 'ਤੇ ਜ਼ੁਲਮ ਕਰਦੇ ਹਾਂ, ਉਹ ਸਾਡੇ ਜ਼ੁਲਮਾਂ ਨੂੰ ਸੁੱਖ ਸਮਝਦੇ ਨੇ। ਹਮ ਦੁੱਖ ਦੇਵੈ ਉਹ ਸੁੱਖ ਮਾਨੈ, ਅਸੀਂ ਦੁੱਖ ਦਿੰਦੇ ਹਾਂ, ਉਹ ਉਸ ਦੁੱਖ ਨੂੰ ਸੁੱਖ ਸਮਝਦੇ ਨੇ। ਹਾੜ ਨਾ ਦਿਨ ਭਰ ਪੀਵੈ ਪਾਣੀ, ਐ ਬਾਦਸ਼ਾਹ ਨਾਦਰ, ਹਾੜ ਦਾ ਮਹੀਨਾ ਹੁੰਦਾ, ਕਹਿਰ ਦੀ ਗਰਮੀ ਹੁੰਦੀ ਹੈ, ਧਰਤੀ ਸੜ ਰਹੀ ਹੁੰਦੀ ਹੈ, ਅਤੇ ਜਦੋਂ ਬੰਦੇ ਦੇ ਬੁੱਲ ਸੁੱਕਦੇ ਤੇ ਘੁੱਟ ਘੁੱਟ ਪਾਣੀ ਬੰਦਾ ਘੜੀ ਘੜੀ ਪੀਂਦਾ, ਉਹ ਸਿੱਖ ਇਹੋ ਜਿਹੀ ਮਿੱਟੀ ਦੇ ਬਣੇ ਨੇ, ਹਾੜ ਦਾ ਮਹੀਨਾ ਸਾਰਾ ਸਾਰਾ ਦਿਨ ਪਾਣੀ ਤੋਂ ਬਿਨਾਂ ਕੱਟ ਲੈਂਦੇ ਨੇ, ਹਾੜ ਨਾ ਦਿਨ ਭਰ ਪੀਵੇ ਪਾਣੀ, ਪਾਣੀ ਤੋਂ ਬਿਨਾਂ ਘੋੜੇ ਦੀ ਕਾਠੀ ਤੇ ਲੜੀ ਜਾਂਦੇ ਨੇ। ਸਿਆਲੇ ਰੱਖੈ ਨਾ ਅਗਨ ਨਿਸ਼ਾਨੀ, ਔਰ ਹੋਰ ਤਾਂ ਹੋਰ, ਸਿਆਲ ਦੇ ਦਿਨਾਂ 'ਚ ਠੰਡ ਬੜੀ ਹੁੰਦੀ ਹੈ, ਉੱਤੋਂ ਬਰਫ਼ ਪੈਂਦੀ ਹੈ, ਉਹਨਾਂ ਦੇ ਉੱਤੇ ਛੱਤ ਕੋਈ ਨਹੀਂ ਹੁੰਦਾ, ਦਰਖਤਾਂ ਥੱਲੇ ਖਲੋ ਕੇ ਘੋੜਿਆਂ ਦੇ ਉੱਤੇ ਬੈਠੇ ਬੈਠੇ ਰਾਤ ਕੱਟਦੇ ਨੇ, ਅੱਗ ਬਾਲ ਕੇ ਸੇਕਣ ਦੀ ਵੀ ਥਾਂ ਅਸੀਂ ਉਹਨਾਂ ਨੂੰ ਮੁਹਲਤ ਜਾਂ ਸਮਾਂ ਨਹੀਂ ਦਿੰਦੇ, ਉਹ ਭੱਜੇ ਰਹਿੰਦੇ ਨੇ ਅੱਗੇ ਅੱਗੇ, ਸਾਡੇ ਪਿੱਛੇ ਸਾਡੀਆਂ ਫੌਜਾਂ ਉਹਨਾਂ ਦੇ ਪਿੱਛੇ ਉਹਨਾਂ ਦਾ ਸ਼ਿਕਾਰ ਕਰਨ ਲੱਗੀਆਂ ਰਹਿੰਦੀਆਂ ਨੇ। ਸਿਆਲੇ ਰੱਖੇ ਨਾ ਅਗਨ ਨਿਸ਼ਾਨੀ, ਇੱਕ ਜੰਗ ਆ ਇੱਕ ਸਿਰ ਪਟਕਾ, ਭੂਰੇ ਗਾਤੀ ਬਾਣਾ ਜਟਕਾ, ਇੱਕ ਕਸ਼ਹਿਰਾ ਹੁੰਦਾ ਗੋਡਿਆਂ ਤੱਕ, ਇੱਕ ਸਿਰ 'ਤੇ ਪਟਕਾ ਦਸਤਾਰ ਹੁੰਦੀ ਹੈ, ਪਿੰਡੇ 'ਤੇ ਕੱਪੜਾ ਵੀ ਪਾਉਣ ਨੂੰ ਘੱਟ ਹੀ ਮਿਲਦਾ ਹੈ। ਨਹਿ ਖਾਵੈ ਵੈ ਪੀਸਿਓ ਨਾਜ, ਔਰ ਇਹ ਖਾਣ ਬਾਦਸ਼ਾਹ ਉਹ ਪੀਸਿਆ ਅਨਾਜ ਨਹੀਂ ਖਾਂਦੇ, ਪੀਸਿਆ ਅਨਾਜ ਤਾਂ ਉਹੀ ਖਾਏਗਾ ਨਾ ਜਿਹਦੇ ਘਰ ਬਹਿ ਕੇ ਚੱਕੀ ਪੀਣ ਦਾ ਟਾਈਮ ਮਿਲੇਗਾ, ਜਿਹਨੂੰ ਵਿਚਾਰੇ ਨੂੰ ਘਰ ਬਹਿ ਕੇ ਆਟਾ ਪੀਣ ਦਾ ਟਾਈਮ ਹੀ ਨਹੀਂ, ਉਹਨੇ ਕਦੋਂ ਰੋਟੀ ਪੱਕੀ ਖਾਣੀ ਹੈ। ਨਾ ਖਾਵੇਂ ਮੈਂ ਪੀਸਿਓ ਨਾਜ, ਪੀਸਿਆ ਅਨਾਜ ਕਣਕ ਛੋਲੇ ਪੀ ਕੇ ਖਾਣ ਦਾ ਉਹਨਾਂ ਨੂੰ ਰੋਟੀ ਦਾ ਨਹੀਂ ਟਾਈਮ ਮਿਲਦਾ। ਲੜੈ ਬਹੁਤ ਵੇ ਕਰਕੇ ਭਾਜ, ਇਹ ਬਾਦਸ਼ਾਹ ਉਹ ਲੜਾਕੇ ਬੜੇ ਨੇ, ਇਕੱਲਾ ਇਕੱਲਾ ਸਵਾ ਸਵਾ ਲੱਖ ਨਾਲ ਲੜਨ ਨੂੰ ਤਿਆਰ ਹੋ ਜਾਂਦਾ, ਔਰ ਉਹ ਕਹਿੰਦੇ ਭੱਜ ਕੇ ਲੜਦੇ ਨੇ,
ਭਾਜ ਕੇ ਗਨੀਮ ਕੋ ਬਿਦਾਰੇ ਜ਼ੋਰ ਜੰਗ ਮੈਂ ਜੰਗ ਦੇ ਮੈਦਾਨ ਦੇ ਵਿੱਚ ਭੱਜ ਭੱਜ ਇੱਦਾਂ ਛਾਲਾਂ ਮਾਰਦੇ ਜਿਵੇਂ ਚੀਤਾ ਸ਼ਿਕਾਰ ਤੇ ਪੈਂਦਾ ਹੈ। ਬੜੇ ਫੁਰਤੀਲੇ ਨੇ, ਸੌ ਸੌ ਮੀਲ ਪੈਦਲ ਰਾਤੋ ਰਾਤ ਨਿਕਲ ਜਾਂਦੇ ਆ, ਸੌ ਸੌ ਮੀਲ ਦਾ ਸਫ਼ਰ ਰਾਤੋ ਰਾਤ ਕੱਢ ਜਾਂਦੇ, ਇੰਨੇ ਭੱਜ ਦੇ ਵਿੱਚ ਭੱਜਣ ਦੇ ਵਿੱਚ ਉਹ ਤੇਜ਼ ਨੇ। ਇੱਕ ਹੋਏ ਤਾਂ ਸੌ ਸੌ ਲੜੈ, ਇੱਕ ਬੰਦਾ ਸੌ ਸੌ ਨਾਲ ਲੜਨ ਨੂੰ ਹਜ਼ਾਰ ਹਜ਼ਾਰ ਨਾਲ ਲੜਨ ਨੂੰ ਤਿਆਰ ਹੋ ਜਾਂਦਾ। ਇਹ ਨਹੀਂ ਗਿਣਦੇ ਵੀ ਅਸੀਂ ਇਕੱਲੇ ਹਾਂ, ਇਕੱਲਾ ਇਕੱਲਾ। ਉਹਨਾਂ ਦਾ ਗੁਰੂ ਕਹਿੰਦਾ ਸੀ, ਸਵਾ ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਉਹ ਇਹੋ ਜਿਹੀ ਇਹਨਾਂ ਦੇ ਅੰਦਰ ਸਪਿਰਟ ਭਰ ਗਿਆ ਕਿ ਇਕੱਲੇ ਇਕੱਲੇ ਸਵਾ ਸਵਾ ਲੱਖ ਨਾਲ ਲੜਨ ਨੂੰ ਤਿਆਰ ਰਹਿੰਦੇ ਨੇ। ਮਰਨੇ ਤੇ ਵੈ ਮੂਲ ਨਾ ਡਰੈ, ਔਰ ਮੌਤ ਤੋਂ ਬਿਲਕੁਲ ਨਹੀਂ ਡਰਦੇ। ਦੋਹਰਾ ਰਹਿ ਚਾਓ ਉਨ ਮਰਨ ਕੋ ਦੀਨ ਮਜ਼ਹਬ ਕੈ ਭਾਈ। ਹੈ ਬਾਦਸ਼ਾਹ, ਪੰਜਾਬ ਦਾ ਸਾਧ ਸੰਗਤ ਜੀ ਸੂਬੇਦਾਰ ਦੱਸ ਰਿਹਾ ਜ਼ਕਰੀਆ ਖਾਨ ਸਿੱਖਾਂ ਦੇ ਬਾਰੇ। ਕਹਿੰਦਾ ਹੈ ਬਾਦਸ਼ਾਹ ਨਾਦਰ, ਉਹਨਾਂ ਨੂੰ ਹਰ ਵੇਲੇ ਲੜਾਈ ਦਾ ਚਾਹ ਚੜਿਆ ਰਹਿੰਦਾ। ਉਹ ਦੀਨ ਮਜ਼ਹਬ ਦੇ ਯੁੱਧ ਵਾਸਤੇ, ਧਰਮ ਦੇ ਯੁੱਧ ਵਾਸਤੇ ਹਰ ਵੇਲੇ ਜਾਨ ਤਲੀ ਦੇ ਧਾਰ ਕੇ ਤਿਆਰ ਬਰ ਤਿਆਰ ਰਹਿੰਦੇ ਨੇ। ਹਮ ਮਾਰਤ ਉਨ ਥੱਕ ਗਏ, ਓਏ ਘਟਤ ਨਾ ਕਿਤਹੂੰ ਦਾਈ। ਅਸੀਂ ਉਹਨਾਂ ਨੂੰ ਮਾਰਦੇ ਮਾਰਦੇ ਥੱਕ ਗਏ ਹਾਂ। ਉਹਨਾਂ ਦੇ ਅਸੀਂ ਹਜ਼ਾਰਾਂ ਬੰਦੇ ਮਾਰੇ ਨੇ, ਉਹਨਾਂ ਦੇ ਬੱਚੇ ਤੱਕ ਵੀ ਨਹੀਂ ਛੱਡੇ, ਉਹਨਾਂ ਦੇ ਘਰ ਵੀ ਉਜਾੜ ਦਿੱਤੇ ਨੇ, ਪਰ ਫੇਰ ਵੀ ਉਹ ਘਟਦੇ ਕੋਈ ਨਹੀਂ। ਉਹ ਦਿਨੋ ਦਿਨ ਵੱਧਦੇ ਜਾ ਰਹੇ ਨੇ। ਹਮ ਮਾਰਦੇ ਨੂੰ ਥੱਕ ਰਹੇ, ਅਸੀਂ ਮਾਰਦੇ ਥੱਕ ਗਏ ਹਾਂ, ਉਹ ਮਰਨ ਵਿੱਚ ਨਹੀਂ ਆਉਂਦੇ। ਫਿਰ ਨਾਦਰ ਖਾਨ ਨੂੰ ਪੁੱਛਿਓ, ਵਹ ਉਮਤ ਕਹਿ ਪੀਰ। ਫਿਰ ਨਾਦਰ ਸ਼ਾਹ ਨੇ ਪੁੱਛਿਆ ਖਾਨ ਬਹਾਦਰ ਜ਼ਕਰੀਆ ਖਾਨ, ਇਹ ਦੱਸ ਇਹ ਜਿਹੜੇ ਬੰਦੇ ਨੇ ਜਿਨ੍ਹਾਂ ਨੂੰ ਤੂੰ ਕਹਿੰਦਾ ਕਿ ਮਾਰਿਆ ਮਰਦੇ ਕੋਈ ਨਹੀਂ, ਘਟਿਆ ਘਟਦੇ ਕੋਈ ਨਹੀਂ, ਇਹ ਕਿਹੜੇ ਪੀਰ ਨੂੰ ਮੰਨਦੇ ਨੇ? ਇਹਨਾਂ ਦਾ ਪੀਰ ਕੌਣ ਹੈ? ਕਿਉਂਕਿ ਕਿਸੇ ਨਾ ਕਿਸੇ ਪੀਰ ਨੂੰ, ਕਿਸੇ ਨਾ ਕਿਸੇ ਧਰਮ ਨੂੰ ਮੰਨਣ ਕਰਕੇ ਹੀ ਬੰਦੇ 'ਚ ਜਜ਼ਬਾ ਆਉਂਦਾ। ਜੇ ਇਹਨਾਂ ਦਾ ਕੋਈ ਪੀਰ ਗੁਰੂ ਹੈ ਤੇ ਉਹਦਾ ਨਾਂ ਦੱਸ। ਕਹਿ ਵਹਿ ਆਪੇ ਤੇ ਵਧੇ ਤਾਂ ਵਹਿ ਹੋਏ ਤਗੀਰ। ਉਹ ਆਪਣੇ ਆਪ ਹੀ ਪੈਦਾ ਹੋ ਗਏ ਨੇ, ਆਪੇ ਵੱਧ ਗਏ ਨੇ, ਜਾਂ ਕਿਸੇ ਪੀਰ ਦੀ ਉਹਨਾਂ ਨੂੰ ਦੁਆ ਲੱਗੀ ਹੈ, ਕਿਸੇ ਪੀਰ ਦੀ ਉਹਨਾਂ ਨੂੰ ਬਖਸ਼ਿਸ਼ ਹੋਈ ਹੈ? ਜੇ ਕਿਸੇ ਪੀਰ ਦਾ ਨਾਂ ਤੈਨੂੰ ਪਤਾ ਹੈ ਤਾਂ ਦੱਸ। ਤਬ ਖਾਨੂ ਨੇ ਸਭ ਕਹਿਓ, ਗੁਰ ਨਾਨਕ ਕੋ ਪ੍ਰਕਾਸ਼। ਖਾਨ ਬਹਾਦਰ ਕਹਿਣ ਲੱਗਾ, ਹਾਂ ਸਾਡੇ ਪੰਜਾਬ ਦੇ ਵਿੱਚ ਇੱਕ ਪੀਰ ਹੋਇਆ ਹੈ, ਅੱਜ ਤੋਂ 250 ਸਾਲ ਪਹਿਲਾਂ ਉਸ ਪੀਰ ਨੇ ਇਹ ਫਿਰਕਾ ਸ਼ੁਰੂ ਕੀਤਾ, ਉਸ ਪੀਰ ਦਾ ਨਾਂ ਨਾਨਕ ਪੀਰ ਹੈ। ਉਸ ਪੀਰ ਨਾਨਕ ਨੂੰ ਮੁਸਲਮਾਨ ਵੀ ਮੰਨਦੇ ਨੇ, ਹਿੰਦੂ ਵੀ ਮੰਨਦੇ ਨੇ। ਕਰਾ ਮਾਤ ਭੀ ਬਹੁ ਕਹੀ, ਜਨਮ ਸੋ ਸਾਖੀ ਭਾਖ। ਖਾਨ ਬਹਾਦਰ ਜ਼ਕਰੀਆ ਖਾਨ ਕਹਿਣ ਲੱਗਾ, ਉਹਦੀ ਜਨਮ ਸਾਖੀ ਪੜ੍ਹੀਏ, ਉਹਦੀ ਬੜੀਆਂ ਕਰਾਮਾਤਾਂ, ਬੜੀਆਂ ਸ਼ਕਤੀਆਂ ਸਨ। ਉਹ ਨਾਨਕ ਪੀਰ ਸੀ, ਉਹ ਮੱਕੇ ਤੱਕ ਗਿਆ, ਉਹ ਜਿੱਧਰ ਵੀ ਗਿਆ ਉਹਨੂੰ ਸਾਰੀ ਦੁਨੀਆ ਪੂਜਦੀ ਸੀ, ਮੱਕਾ ਮਦੀਨਾ ਸਭੇ ਨਿਵਾਇਆ, ਉਹਦੇ ਅੱਗੇ ਸਾਰੀ ਦੁਨੀਆ ਝੁਕ ਗਈ, ਉਹ ਪੀਰਾਂ ਦਾ ਪੀਰ ਹੋਇਆ ਹੈ। ਚਾਉ ਪਈ ਜਿਮ ਉਨ ਨਾਨਕ ਸੰਗਤ ਮਾਰੀ। ਜੋ ਅਸੀਂ ਗੁਰੂ ਨਾਨਕ ਦੀ ਸੰਗਤ ਨੂੰ ਬੜਾ ਮਾਰਿਆ ਹੈ, ਅਸੀਂ ਨਾਨਕ ਦੇ ਸਿੱਖਾਂ ਨੂੰ ਬੜੇ ਤਸੀਹੇ ਦਿੱਤੇ ਨੇ, ਅਸੀਂ ਨਾਨਕ ਪ੍ਰਸਤਾਂ ਨੂੰ ਕਤਲ ਕਰਨ ਦੇ ਹੁਕਮ ਦਿੱਤੇ ਨੇ। ਜਿਮ ਜਿਮ ਇਮ ਸੋ ਕਰੀ ਖੁਵਾਰੀ। ਅਸੀਂ ਇਹਨਾਂ ਨੂੰ ਬੜਾ ਖੁਆਰ ਕਰਦੇ ਰਹੇ ਹਾਂ, ਇਹਨਾਂ ਨੂੰ ਦਬਾਉਣ ਵਾਸਤੇ ਅਸੀਂ ਕੋਈ ਕਸਰ ਨਹੀਂ ਛੱਡੀ। ਜਿਮ ਜਿਮ ਲੀਨੀ ਕਰਾ ਸੋ ਮਾਤ। ਔਰ ਇਹਨਾਂ ਦੀਆਂ ਕਰਾਮਾਤਾਂ, ਇਹਨਾਂ ਦੀਆਂ ਸ਼ਕਤੀਆਂ ਵੀ ਦੇਖੀਆਂ ਨੇ। ਜਿਮ ਸਤ ਗੁਰ ਸੋ ਕੀਨੇ ਘਾਤ। ਇਹਨਾਂ ਦੇ ਗੁਰੂਆਂ ਨੂੰ ਵੀ ਅਸੀਂ ਤਸੀਹੇ ਦਿੱਤੇ ਨੇ, ਇਹਨਾਂ ਦੇ ਇੱਕ ਗੁਰੂ ਨੂੰ ਅਸੀਂ ਤੱਤੀ ਤਵੀ ਤੇ ਬਿਠਾ ਕੇ ਤੱਤਾ ਰੇਤਾ ਪਾ ਕੇ ਉਸ ਨੂੰ ਸ਼ਹੀਦ ਕੀਤਾ ਸੀ। ਉਸ ਤੋਂ ਬਾਅਦ ਇੱਕ ਇਹਨਾਂ ਦਾ ਗੁਰੂ ਦਿੱਲੀ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਨੇ ਕਤਲ ਕੀਤਾ ਸੀ। ਫਿਰ ਇਸ ਦਾ ਇਹਨਾਂ ਦਾ ਇੱਕ ਗੁਰੂ ਸੀ ਜਿਹਦੇ ਨਾਲ ਸਾਡੀਆਂ 14 ਵਾਰ ਜੰਗਾਂ ਹੋਈਆਂ, ਔਰ ਉਹਦੇ ਬੱਚੇ ਵੀ ਅਸੀਂ ਸ਼ਹੀਦ ਕੀਤੇ। ਉਹ ਸਾਰੀ ਗੱਲ ਜ਼ਕਰੀਆ ਖਾਨ ਦੱਸ ਰਿਹਾ ਹੈ। ਪੁੱਛ ਪੁੱਛ ਨਾਦਰ ਸਭ ਸੁਣ ਲਇਓ। ਨਾਦਰ ਖਾਨ, ਨਾਦਰ ਬਾਦਸ਼ਾਹ ਉਹਨੂੰ ਪੁੱਛ ਰਿਹਾ ਹੈ ਬੜੇ ਰੁਚੀ ਨਾਲ, ਕਹਿੰਦਾ ਅੱਗੇ ਦੱਸ ਫਿਰ, ਫਿਰ ਕੀ ਹੋਇਆ, ਫਿਰ ਕੀ ਹੋਇਆ? ਤੇ ਜ਼ਕਰੀਆ ਖਾਨ ਪਿਛਲੀ ਜਿੰਨੀ ਕੁ ਹਿਸਟਰੀ ਉਹਨੂੰ ਪੰਜਾਬ ਦੀ ਯਾਦ ਹੈ, ਉਹ ਸਿੱਖਾਂ ਦੀ ਹਿਸਟਰੀ ਬੰਦੇ ਬਹਾਦਰ ਤੱਕ ਦੀ ਸਾਰੀ ਸੁਣਾ ਰਿਹਾ ਹੈ। ਸਭੋ ਭੇਤ ਤਬ ਖਾਨੂ ਦਇਓ। ਖਾਨ ਬਹਾਦਰ ਦੱਸੀ ਗਿਆ ਤੇ ਨਾਦਰ ਸੁਣਦਾ ਰਿਹਾ। ਤੇਗ ਬਹਾਦਰ ਜਿਮ ਸਿਰ ਦਇਓ। ਇਹ ਵੀ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਂਦਨੀ ਚੌਂਕ ਦੇ ਵਿੱਚ ਬਾਦਸ਼ਾਹ ਔਰੰਗਜ਼ੇਬ ਦੇ ਰਾਜ ਵਿੱਚ ਸੀਸ ਦਿੱਤਾ ਸੀ। ਜਿਮ ਕਰ ਕਾਰ ਸਜਾਦੇ ਹਯੋ। ਔਰ ਫਿਰ ਇਹ ਵੀ ਦੱਸਿਆ ਕਿ ਗੁਰੂ ਦੇ ਚਾਰ ਸਾਹਿਬਜ਼ਾਦੇ ਦੋ ਚਮਕੌਰ ਦੇ ਜੰਗ ਵਿੱਚ
ਤੇ ਦੋ ਸਰਹੰਦ ਦੀਆਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਸਨ। ਤਬ ਨਾਦਰ ਸੁਣ ਸੀਸ ਹਿਲਾਇਓ, ਸਾਰੀ ਕਥਾ ਸੁਣ ਕੇ ਨਾਦਰ ਸ਼ਾਹ ਨੇ ਸਿਰ ਮਾਰਿਆ, ਸਿਰ ਹਿਲਾਇਆ, ਸਿਰ ਧੁਣ ਕੇ ਨਾਦਰ ਬੋਲਿਆ, ਆਪਣੋ ਕੀਨੋ ਅਬ ਤੁਮ ਪਾਇਓ। ਉਹ ਕਹਿਣ ਲੱਗਾ, ਜ਼ਕਰੀਆ ਖਾਨ, ਜੋ ਤੂੰ ਦੱਸ ਰਿਹਾ ਜੇ ਗੱਲ ਇਵੇਂ ਹੀ ਹੈ ਤੇ ਸਮਝ ਤੇਰੇ ਦਿਨ ਪੁੱਠੇ ਆ ਗਏ ਆ, ਤੇਰੇ ਦਿਨ ਮਾੜੇ ਆ ਗਏ ਆ। ਤੁਹਾਡਾ ਹੁਣ ਪਲਟਾ ਪੁੱਠਾ ਪੈਣ ਵਾਲਾ ਜੇ ਤਖਤਾ, ਤੁਸੀਂ ਜੋ ਕੀਤਾ ਨਾ ਉਹ ਗਲਤ ਕੀਤਾ, ਤੁਹਾਡੇ ਲੋਕਾਂ ਨੇ ਪਾਪ ਕੀਤੇ ਨੇ, ਇਸ ਕਰਕੇ ਇਹ ਲੋਕ ਬਾਗੀ ਹੋਏ ਨੇ। ਜਿਹੜੇ ਬਾਗੀ ਲੋਕ ਤੁਹਾਡੇ ਖਿਲਾਫ਼ ਤਲਵਾਰਾਂ ਚੁੱਕੀ ਫਿਰਦੇ ਆ, ਔਰ ਜੋ ਤੂੰ ਇਹਨਾਂ ਦੇ ਬਾਰੇ ਦੱਸ ਰਿਹਾ ਹੈ, ਜੇ ਬੰਦੇ ਵਾਕਈ ਇੱਦਾਂ ਦੇ ਨੇ ਤਾਂ ਜਿੱਥੇ ਤੇਰਾ ਝੰਡਾ ਝੂਲਦਾ ਹੈ ਇੱਥੇ ਸਿੱਖਾਂ ਦਾ ਨਿਸ਼ਾਨ ਸਾਹਿਬ ਝੂਲ ਜਾਣਾ ਹੈ। ਸੋ ਅਬ ਜੀਤੇ ਜਾਵੇ ਨਾਹੀਂ, ਹੁਣ ਜਿੱਤੇ ਨਹੀਂ ਜਾਣੇ, ਕਿਉਂਕਿ ਇਹ ਗੱਲ ਇਹਨਾਂ ਦੇ ਖੂਨ 'ਚ ਵੜ ਗਈ ਹੈ। ਇਹ ਪੀੜ੍ਹੀ ਦਰ ਪੀੜ੍ਹੀ ਲੜਦੇ ਰਹਿਣਗੇ, ਪਰ ਇਹ ਤੁਹਾਡੀ ਈਨ ਨਹੀਂ ਮੰਨਣਗੇ। ਜਿਨ ਕੈ ਸਾਹਿਬ ਆਪ ਬਣਾਹੀ, ਇਹਨਾਂ ਨੂੰ ਖੁਦਾ ਨੇ ਆਪ ਬਣਾਇਆ, ਜਿਨ੍ਹਾਂ ਦੇ ਉੱਤੇ ਨਾਨਕ ਪੀਰ ਦੀ ਕਿਰਪਾ ਹੋਈ ਹੈ, ਇਹ ਬੰਦੇ ਛੋਟੀ ਤਾਕਤ ਦੇ ਛੋਟੀ ਖੁਦਾਈ ਦੇ ਮਾਲਕ ਨਹੀਂ ਹਨ। ਦੋਹਰਾ 1796 ਨਾਦਰ ਗਯੋ ਕੰਧਾਰ। ਸੋ ਖਾਲਸਾ ਜੀ, 1796 ਬਿਕਰਮੀ, ਕਿਉਂਕਿ ਭਾਈ ਸਾਹਿਬ ਬਿਕਰਮੀ ਸੰਮਤ ਲਿਖਦੇ ਆ ਤਾਂ ਈਸਵੀ ਤਾਂ ਹੁਣ ਅੰਗਰੇਜ਼ਾਂ ਦੇ ਰਾਜ ਵੇਲੇ ਥੋੜ੍ਹਾ ਥੋੜ੍ਹਾ ਚੱਲਿਆ ਤੇ ਆਪਾਂ ਨੂੰ ਯਾਦ ਹੋ ਗਿਆ, ਪਹਿਲਾਂ ਬਿਕਰਮੀ ਚੱਲਦਾ ਸੀਗਾ। ਗੁਰਬਾਣੀ ਵਿੱਚ ਵੀ ਬਿਕਰਮੀ ਸੰਮਤ ਹੈ, ਆਵਨ 78 ਹੈ, ਜਾਨ 97, ਹੋਰ ਵੀ ਉੱਠਸੀ ਮਰਦ ਕਾ ਚੇਲਾ। ਦਸਵੇਂ ਪਾਤਸ਼ਾਹ ਨੇ ਵੀ ਬਿਕਰਮੀ ਸੰਮਤ ਲਿਖਿਆ, ਸੰਮਤ 17 ਸਹਿਸ ਪਣੀਜੈ ਅਰਧ ਸਹਿਸ ਮਨ ਤੀਨ ਕਹੀਜੈ, ਭਾਦਰਵ ਸਦੀ ਅਸ਼ਟਮੀ ਰਵਿਵਾਰਾ ਤੀਰ ਸੁਤਦਰਵ ਗ੍ਰੰਥ ਸੁਧਾਰਾ। ਸੰਮਤ 17 ਸਹਿਸ 55 ਹਾੜ ਵਧੀ ਪ੍ਰਥਮ ਸੁਖ ਦਾਵਨ। ਸੋ ਇਹ ਪੁਰਾਣਾ ਸੰਮਤ 1796 ਬਿਕਰਮੀ, ਦੂਸਰਾ ਬਣਦਾ 1749 ਈਸਵੀ। ਨਾਦਰ ਲਾਹੌਰ ਤੋਂ ਵਾਪਸ ਈਰਾਨ ਨੂੰ ਚਲਾ ਗਿਆ। ਖਾਨ ਬਹਾਦਰ ਖਿਜ ਤਬੈ ਧਰੀ ਸਿੰਘਨ ਫਿਰ ਮਾਰ। ਜਾਂਦਾ ਹੋਇਆ ਨਾਦਰ ਕਹਿ ਗਿਆ ਕਿ ਖਾਨ ਬਹਾਦਰ, ਤੁਸੀਂ ਹੁਣ ਮਰ ਜਾਣਾ, ਬਰਬਾਦ ਹੋ ਜਾਣਾ, ਇਹਨਾਂ ਸਿੱਖਾਂ ਨੇ ਰਾਜ ਕਰ ਲੈਣਾ, ਇਹ ਨਹੀਂ ਤੁਹਾਡੇ ਕਾਬੂ ਆਉਣੇ। ਇਸ ਗੱਲ ਤੋਂ ਨਾਦਰ ਦੀ ਗੱਲ ਨੂੰ ਜ਼ਕਰੀਆ ਖਾਨ ਖਿੱਚ ਗਿਆ। ਨਾਦਰ ਤਾਂ ਚਲਾ ਗਿਆ, ਪਰ ਜ਼ਕਰੀਆ ਸਿੱਖਾਂ ਦਾ ਪੱਕਾ ਵੈਰੀ ਬਣ ਕੇ ਫਿਰ ਉਸ ਤੋਂ ਵੀ ਵੱਧ ਕੇ ਜ਼ੁਲਮ ਕਰਨ ਲੱਗਾ। ਚਾਓ ਪਈ ਮਾਰਤ ਮਾਰਤ ਸੋ ਮਰ ਗਯੋ, ਮਾਰਦਾ ਮਾਰਦਾ ਸਿੱਖਾਂ ਨੂੰ ਨਾਦਰ ਜ਼ਕਰੀਆ ਖਾਨ ਮਰ ਗਿਆ, ਪਰ ਜ਼ਕਰੀਆ ਦਾ ਸਿੱਖਾਂ ਨਾਲ ਵੈਰ ਨਹੀਂ ਕੱਢਿਆ। ਉਸ ਤੋਂ 6 ਸਾਲ ਬਾਅਦ ਹੋਰ ਜਿਉਂਦਾ ਰਿਹਾ। 1745 ਜਿਹੜੀ ਮੌਤ ਹੋਈ ਹੈ, 39 ਦੇ ਵਿੱਚ ਨਾਦਰ ਗਿਆ ਸੀ, 6 ਸਾਲ ਇਹਨੇ ਹੋਰ ਜ਼ੁਲਮ ਕੀਤੇ, ਮਰਦੇ ਦਮ ਤੱਕ ਸਿੱਖਾਂ ਨਾਲ ਇਹਨੇ ਵੈਰ ਨਹੀਂ ਛੱਡਿਆ। ਤਿੰਨ ਕੋ ਕਰਨੋ ਜੋ ਕੁਛ ਰਹਿਓ, ਜੋ ਕੁਛ ਕਰਨਾ ਸੀ ਕਰ ਲਿਆ ਉਹਨੇ, ਜੋ ਸੁਣਿਓ ਸੋ ਦੇਊ ਆਖ। ਭਾਈ ਰਤਨ ਸਿੰਘ ਜੀ ਕਹਿੰਦੇ, ਜੋ ਮੈਂ ਆਪਣੇ ਪਿਤਾ ਜੀ ਤੋਂ, ਆਪਣੇ ਨਾਨਾ ਜੀ ਤੋਂ, ਆਪਣੀ ਮਾਂ ਤੋਂ ਸੁਣਿਓ ਦੱਸਦਾ ਹਾਂ। ਪੁਰਖ ਪੁਰਾਤਨ ਜਿਮ ਗਏ ਭਾਖ, ਜੋ ਸਾਡੇ ਵੱਡੇ ਬਜ਼ੁਰਗ ਦੱਸ ਗਏ ਨੇ। ਦੋਹਰਾ ਜਬ ਨਾਦਰ ਕਾਬਲ ਗਯੋ ਸੁਣੋ ਜੋ ਖਾਨੂ ਕੀਨ, ਜਦੋਂ ਨਾਦਰ ਵਾਪਸ ਚਲਾ ਗਿਆ ਕਾਬਲ ਕੰਧਾਰ ਈਰਾਨ ਵੱਲ, ਪਿੱਛੋਂ ਖਾਨੂ ਨੇ ਜ਼ਕਰੀਆ ਨੇ ਜੋ ਜ਼ੁਲਮ ਕੀਤੇ ਸੁਣੋ, ਚਾਹੇ ਉਹ ਆਪਣੇ ਦੇਸ਼ ਮੈਂ ਸਿੰਘਣ ਰਹਿਣ ਨਾ ਦੀਨ। ਉਹ ਇਹ ਚਾਹੁੰਦਾ ਸੀ ਵੀ ਮੈਂ ਪੰਜਾਬ ਦੇ ਵਿੱਚ ਸਿੱਖਾਂ ਨੂੰ ਰਹਿਣ ਨਾ ਦਿਆਂ, ਸਿੰਘਾਂ ਨੂੰ ਖਤਮ ਕਰ ਦਿਆਂ। ਚਾਓ ਪਈ ਨਵਾਬ ਨਾਦਰ ਤੇ ਨਮੋਛੀ ਆਈ, ਨਾਦਰ ਦੀ ਗੱਲਾਂ ਸੁਣ ਕੇ, ਨਾਦਰ ਦੀ ਚੇਤਾਵਨੀ ਸੁਣ ਕੇ, ਨਾਦਰ ਦੀ ਵਾਰਨਿੰਗ ਸੁਣ ਕੇ ਜ਼ਕਰੀਆ ਨੂੰ ਬੜੀ ਨਮੋਸ਼ੀ ਹੋਈ ਸੀ। ਤਿਉਂ ਤਿਉਂ ਲਾਗੋ ਕਰਨ ਬੁਰਾਈ, ਗਾਲਾ ਪੈ ਗਿਆ ਵੀ ਮੈਂ ਛੇਤੀ ਸਿੱਖਾਂ ਨੂੰ ਖਤਮ ਕਰ ਦਿਆਂ, ਕਿਤੇ ਸਿੱਖ ਨਾ ਮੈਨੂੰ ਖਤਮ ਕਰ ਦੇ। ਇਸ ਗੱਲ ਦੇ ਵਿੱਚ ਆ ਕੇ ਉਹ ਫਟਾਫਟ ਜ਼ੁਲਮ ਦੀਆਂ ਹਨੇਰੀਆਂ ਲੈ ਆਇਆ। ਟੋਲ ਟੋਲ ਸਿੰਘਣ ਕੋ ਮਾਰੇ, ਉਹ ਲੱਭ ਲੱਭ ਕੇ ਸਿੱਖਾਂ ਨੂੰ ਮਾਰਦਾ ਸੀ। ਜੈਸੇ ਮਾਰੇ ਟੋਲ ਸ਼ਿਕਾਰੇ, ਜਿਵੇਂ ਸ਼ਿਕਾਰੀ ਸ਼ਿਕਾਰ ਨੂੰ ਲੱਭ ਲੱਭ ਕੇ ਮਾਰਦੇ ਨੇ। ਜੋ ਸਿੰਘਣ ਕੋ ਆਣ ਬਤਾਵੇ, ਸਿੰਘਾਂ ਦਾ ਸ਼ਿਕਾਰ ਪੰਜਾਬ ਦੀ ਧਰਤੀ ਤੇ ਹੋਣ ਲੱਗਾ। ਜ਼ਕਰੀਆ ਨੇ ਐਲਾਨ ਕੀਤਾ,
ਜੇ ਕੋਈ ਸਿੱਖਾਂ ਦੀ ਖਬਰ ਦੇਵੇਗਾ ਤੁਰਤ ਇਨਾਮ ਸੋ ਤਾਹੇ ਦਿਵਾਵੇ ਉਹਨੂੰ ਇਨਾਮ ਦਿੱਤਾ ਜਾਏਗਾ ਸਰਕਾਰੀ ਤੌਰ ਤੇ ਉਹਨੂੰ ਨੌਕਰੀਆਂ ਮਿਲਣਗੀਆਂ ਉਹਨੂੰ ਅਹੁਦੇ ਮਿਲਣਗੇ ਜਿਹੜੇ ਵੱਧ ਤੋਂ ਵੱਧ ਸਿੱਖਾਂ ਨੂੰ ਮਰਵਾਉਣਗੇ ਜੋ ਸਿੰਘਣ ਕੋ ਦਸੇ ਗਰਾਮ ਜੇ ਕੋਈ ਸਿੱਖਾਂ ਦੇ ਪਿੰਡ ਦੀ ਦੱਸ ਪਾਵੇਗਾ ਵੀ ਫਲਾਣੇ ਪਿੰਡ 'ਚ ਸਿੱਖ ਰਹਿੰਦੇ ਨੇ ਤਾਂ ਕੋ ਦੇਵੇ ਬਹੁਤ ਇਨਾਮ ਉਹਨੂੰ ਬਹੁਤ ਇਨਾਮ ਦਿੰਦਾ ਸੀ ਜ਼ਕਰੀਆ ਖਾਨ ਲਾਲਚ ਇਤ ਸਿੰਘਣ ਪਕੜਾਵੇ ਸਿੰਘਾਂ ਨੂੰ ਫੜਾਉਣ ਵਾਸਤੇ ਲਾਲਚੀ ਲੋਕ ਭੱਜੇ ਫਿਰਦੇ ਨੇ ਲੋਕ ਲੋਕ ਸਿੰਘ ਸੋ ਜਾਨ ਬਚਾਵੇ ਪਰ ਸਿੰਘ ਵਿਚਾਰੇ ਲੋਕ ਲੋਕ ਆਪਣੀਆਂ ਜਾਨਾਂ ਬਚਾਉਂਦੇ ਨੇ ਇਹੋ ਜਿਹਾ ਭੈੜਾ ਸਮਾਂ ਆ ਗਿਆ ਵੀ ਪਿੰਡਾਂ 'ਚ ਘਰਾਂ 'ਚ ਰਹਿਣਾ ਮੁਸ਼ਕਲ ਹੋ ਗਿਆ ਹੈ ਔਰ ਮੁਲਕ ਪਹਿ ਲਿਖ ਪਠਾਈ ਸਾਰੇ ਪੰਜਾਬ ਦੇ ਪਰਗਣਿਆਂ ਦੇ ਵਿੱਚ ਸਾਰੇ ਮੁਲਕਾਂ 'ਚ ਜ਼ਕਰੀਏ ਨੇ ਲਿਖ ਕੇ ਭੇਜ ਦਿੱਤਾ ਪੰਜ ਰੁਪਏ ਸਿੰਘ ਦਸੇ ਸੋ ਪਾਏ ਜਿਹੜਾ ਸਿੰਘ ਦੀ ਦੱਸ ਪਾਵੇਗਾ ਵੀ ਫਲਾਣੀ ਥਾਂ ਦੇ ਸਿੰਘ ਬੈਠੇ ਨੇ ਜੰਗਲ ਵਿੱਚ ਉਸ ਦੱਸਣ ਵਾਲੇ ਨੂੰ ਵੀ ਪੰਜ ਰੁਪਈਏ ਮਿਲਣਗੇ ਇੱਕ ਸਿੰਘ ਦੀ ਦੱਸ ਵੀ ਪਾਵੇਗਾ ਤਾਂ ਪੰਜ ਰੁਪਈਏ ਉਦੋਂ ਪੰਜ ਰੁਪਈਏ ਬੜੇ ਸੀਗੇ ਪੰਜ ਰੁਪਈਏ ਇਨਾਮ ਸਿਰਫ ਇੰਨਾ ਦੱਸਣ ਦਾ ਮਿਲ ਜਾਂਦਾ ਸੀ ਵੀ ਫਲਾਣੀ ਥਾਂ ਤੇ ਸਿੱਖ ਰਹਿੰਦੇ ਨੇ ਜਾ ਤੈ ਸਿੰਘਣ ਬਹੁਤ ਮਰਾਵੇ ਲੋਕ ਵੀ ਲਾਲਚੀ ਸਨ ਪੈਸੇ ਦੇ ਲਾਲਚ ਨੂੰ ਪੰਜ ਰੁਪਈਏ ਦੇ ਲਾਲਚ ਨੂੰ ਸਿੱਖਾਂ ਨੂੰ ਮਰਵਾ ਦਿੰਦੇ ਸੀ ਮਾਰ ਸਿੰਘਣ ਸਿਰ ਆਪ ਪੁਚਾਵੇ ਤੇ ਕਈ ਸਿੰਘਾਂ ਦੇ ਸਿਰ ਵੱਢ ਕੇ ਲੈ ਜਾਂਦੇ ਸੀ ਵੀ ਹੋਰ ਇਨਾਮ ਮਿਲੇਗਾ ਜੇ ਕੋਈ ਸਿੰਘ ਇਕੱਲਾ ਰਾਹ ਜਾਂਦਾ ਕਾਬੂ ਆ ਜਾਣਾ ਦਸ ਮੀਆਂ ਨੇ ਘੇਰ ਲੈਣਾ ਮਾਰ ਦੇਣਾ ਉਹਦਾ ਸਿਰ ਵੱਢ ਕੇ ਲਾਹੌਰ ਲੈ ਜਾਣਾ ਤੇ ਜ਼ਕਰੀਆ ਉਹਦੇ ਪੈਸੇ ਤਾਰਿਆ ਕਰਦਾ ਸੀ ਮੁੱਲ ਦਿੰਦਾ ਸੀ ਵੀ ਆਹ ਲਓ ਤੁਸੀਂ ਸਿੱਖਾਂ ਦਾ ਸਿਰ ਵੱਢ ਕੇ ਲਿਆਂਦਾ ਕਈ ਲੋਕ ਇੰਨੇ ਲਾਲਚੀ ਸੀ ਸਿੱਖ ਤੇ ਲੱਭਦੇ ਨਹੀਂ ਸੀਗੇ ਸਿੱਖ ਜੇ ਲੱਭ ਵੀ ਜਾਵੇ ਕਿਹੜਾ ਐਵੇਂ ਸਿਰ ਦੇ ਦੇਣਗੇ ਉਹਨਾਂ ਨੇ ਅੱਗੋਂ ਮੂੰਹ ਭੰਨਣਾ ਉਹ ਸਿੱਖਾਂ ਦੇ ਤਾਂ ਵੱਸ ਨਹੀਂ ਸੀ ਚੱਲਦਾ ਆਪਣੀਆਂ ਛੋਟੀਆਂ ਛੋਟੀਆਂ ਕੁੜੀਆਂ ਦੇ ਸਿਰ ਵੱਢ ਲੈਂਦੇ ਸੀ ਬੱਚੀਆਂ ਦੇ 15 ਕੁ ਸਾਲ ਦੀ ਕੁੜੀ ਦਾ ਸਿਰ ਵੱਢ ਲੈਣਾ ਕੇਸ ਪਿੱਛੇ ਕੁੜੀਆਂ ਦੇ ਹੁੰਦੇ ਆ ਉਹ ਖੋਲ੍ਹ ਕੇ ਅਤੇ ਉਹਦਾ ਮੂੰਹ 'ਚ ਛਿੱਲ ਕੇ ਲੈ ਜਾਣਾ ਬਈ ਇਹ ਪਤਾ ਨਾ ਲੱਗੇ ਕੁੜੀ ਹੈ ਅਤੇ ਜਾ ਕੇ ਕਹਿਣਾ ਇਹ ਸਿੱਖ ਦਾ ਲੜਕਾ ਸੀ ਅਸੀਂ ਮਾਰ ਕੇ ਸਿਰ ਵੱਢ ਕੇ ਲਿਆਏ ਹਾਂ ਉਹਦੇ ਪੈਸੇ ਮਿਲ ਜਾਣੇ ਆਪਣੀਆਂ ਧੀਆਂ ਮਾਰ ਕੇ ਸਿੱਖਾਂ ਦੇ ਬੱਚੇ ਦੱਸ ਕੇ ਤੇ ਲਾਲਚੀ ਲੋਕ ਪੈਸੇ ਲੈਂਦੇ ਸੀ ਇੱਕ ਇੱਕ ਦੋਏ ਦੋਏ ਹੋਏ ਲੋਕ ਜਾਵੇ ਔਰ ਇਕੱਲੇ ਇਕੱਲੇ ਸਿੰਘ ਵਿਚਾਰੇ ਜੰਗਲਾਂ 'ਚ ਕਮਾਦਾਂ ਦੇ ਵਿੱਚ ਖੂਹਾਂ ਦੇ ਖੱਡਾਂ 'ਚ ਲੁੱਕ ਕੇ ਟਾਈਮ ਕੱਢਦੇ ਸੀ ਇਮ ਕਰ ਸਿੰਘਣ ਪਤਾ ਲਗਾਵੇ ਏਦਾਂ ਸਿੰਘਾਂ ਦਾ ਪਤਾ ਲਾਉਣ ਲਈ ਸੂਹੇ ਪਿੰਡ ਪਿੰਡ ਖਬਰਾਂ ਦਿੰਦੇ ਫਿਰਦੇ ਸੀ ਰਾਤ ਤੁਰੈ ਦਿਨ ਰਹਿ ਲੁਕਾਈ ਰਾਤ ਨੂੰ ਸਿੰਘ ਤੁਰਦੇ ਸੀ ਦਿਨੇ ਸਾਰਾ ਦਿਨ ਕਮਾਦਾਂ ਵਿੱਚ ਚਰੀਆਂ ਵਿੱਚ ਜਿੱਥੇ ਕੋਈ ਥਾਂ ਮਿਲ ਜੇ ਉੱਥੇ ਸਾਰਾ ਦਿਨ ਭੁੱਖੇ ਭਾਣੇ ਬੈਠਣਾ ਕਈ ਥਾਂ ਤੇ ਪਾਣੀ ਵੀ ਨਹੀਂ ਸੀ ਮਿਲਦਾ ਤੇ ਸਿੰਘਾਂ ਨੂੰ ਸਾਰਾ ਦਿਨ ਉੱਥੇ ਬਹਿਣਾ ਪੈਂਦਾ ਸੀ ਕਈਆਂ ਨੇ ਲੀਨੇ ਕੁੰਬਲ ਬਣਾਏ ਕਈ ਸਿੰਘਾਂ ਨੇ ਕੁੰਬਲ ਬਣਾ ਲਏ ਪੰਜ ਪੰਜ ਦਸ ਦਸ ਵੀਹ ਵੀਹ ਸਿੰਘ ਇਕੱਠੇ ਹੋ ਗਏ ਵੀ ਹੁਣ ਆਪਾਂ ਜੇ ਲੜ ਕੇ ਮਰਨਾ ਹੀ ਹੈ ਤੇ ਇਕੱਠੇ ਹੋ ਕੇ ਤੇ ਮਰਾਂਗੇ ਲੜ ਕੇ ਮਾਰ ਕੇ ਮਰਾਂਗੇ ਏਦਾਂ ਫਿਰ ਸਿੰਘਾਂ ਨੇ ਥੋੜੀ ਆਪਣੀ ਤਿਆਰੀ ਕੀਤੀ ਕਈ ਰਹਿ ਘਰ ਤੀਜੇ ਥਾਏ ਕਈ ਵਿਚਾਰੇ ਤੀਜੇ ਥਾਂ ਤੇ ਰਾਤ ਰਹਿਣਾ ਜੇ ਆਉਣਾ ਪਿੰਡ ਹਿੰਦੂਆਂ ਦੇ ਘਰ ਰਾਤ ਕੱਟਣੀ ਜਾ ਕੇ ਵੀ ਪਤਾ ਨਾ ਲੱਗੇ ਵੀ ਆਪਣੇ ਘਰ ਫੌਜ ਨੇ ਆ ਜਾਣਾ ਤੇ ਉੱਥੇ ਤਲਾਸ਼ੀ ਹੋਣੀ ਹੈ ਜਾਂ ਫਿਰ ਦੂਜੇ ਪਿੰਡ ਚਲੇ ਜਾਣਾ ਉੱਥੇ ਕਿਸੇ ਰਿਸ਼ਤੇਦਾਰ ਦੇ ਥਾਂ ਘਰ 'ਤੇ ਰਾਤ ਕੱਟਣੀ ਪ੍ਰਸ਼ਾਦਾ ਛਕਣਾ ਜਾਂ ਖੇਤਾਂ ਵਿੱਚ ਖੂਹਾਂ ਵਿੱਚ ਖੱਡਾਂ ਵਿੱਚ ਸਿੰਘ ਰਹਿੰਦੇ ਸੀ ਕਈ ਰਹਿ ਪਰਦੇਸਹਿ ਜਾਏ ਕਈ ਸਿੰਘ ਇੰਨੇ ਮੁਸੀਬਤ 'ਚ ਮਾਰੇ ਹੋਏ ਬੀਕਾਨੇਰ ਦੇ ਜੰਗਲਾਂ ਨੂੰ ਚਲੇ ਗਏ ਕਈ ਮਾਲਵੇ 'ਚ ਜਾ ਕੇ ਕਈ ਪਹਾੜਾਂ ਵਿੱਚ ਰਹਿੰਦੇ ਸੀ ਕਈ ਸਿੰਘ ਰਹਿ ਝਾੜਨ ਮਾਹੀ ਕਈ ਝਾੜਾਂ ਵਿੱਚ ਜਿੱਥੇ ਬਹੁਤ ਬੀਆਬਾਨ ਜੰਗਲ ਕਾਨੂੰ ਵਾਣ ਦੇ ਛੰਭਾਂ ਵਿੱਚ ਰਹਿੰਦੇ ਸੀ ਕਈ ਸਿੰਘ ਜਾ ਜੰਗਲ ਲੁਕਾਹੀ ਜੰਗਲਾਂ 'ਚ ਜਾ ਕੇ ਲੁਕਦੇ ਸੀਗੇ ਟਾਈਮ ਕੱਟਣਾ ਬੜਾ ਔਖਾ ਸੀ ਉਸ ਵੇਲੇ ਖੇਤੀ ਕਰੈ ਕਈ ਸਿਰ ਨੀਵੇਂ ਖੇਤੀ ਕਰੈ ਕਈ ਸਿਰ ਨੀਵੇਂ ਕਈ ਵਿਚਾਰੇ ਸਿੰਘ ਨੀਵਾਂ ਸਿਰ ਕਰਕੇ ਬਾਲ ਬੱਚਾ ਵੀ ਪਾਲਣਾ ਸੀ ਉਹ ਪਿੰਡ ਦੇ ਚੌਧਰੀ ਨੂੰ ਥੋੜ੍ਹੀ ਬਾਲੀ ਮਾਇਆ ਦੇ ਕੇ ਆ ਖੇਤੀ ਕਰ ਲੈਂਦੇ ਸੀ ਉਹਦੇ ਵਿੱਚੋਂ ਅੱਧੀ ਪਚੱਧੀ ਸਰਕਾਰ ਟੈਕਸ ਚੁੱਕ ਲੈ ਜਾਂਦੀ ਸੀ ਉਹਨਾਂ ਸਿੱਖਾਂ ਨੂੰ ਸੱਤ ਕਰਕੇ ਮੰਨਣਾ ਪੈਂਦਾ ਸੀ ਵੀ ਕੀ ਕਰੀਏ ਡਾਢੇ ਅੱਗੇ ਜ਼ੋਰ ਕੋਈ ਨਹੀਂ ਉਹ ਕਿਸਾਨ ਵਿਚਾਰੇ ਜਿਹੜੇ ਸਿੱਖ ਸੀਗੇ ਥੋੜੇ ਬਾਲੇ ਬੜਾ ਔਖਾ ਗੁਜ਼ਾਰਾ ਕਰਦੇ ਸੀ ਕਿਤਨਕ ਵਿੱਚ ਵੜ ਖੱਡਣ ਜੀਵੈ ਕਈ ਖੱਡਾਂ ਦੇ ਵਿੱਚ ਵੜ ਕੇ ਜੀਂਦੇ ਸੀਗੇ ਦੋਹਰਾ ਸਿੰਘ ਕੜਾਕੇ ਸਿਉ ਰਹਿ ਦੂਏ ਚੌਥੇ ਦਿਨ ਖਾਹੇ ਸਾਧ ਸਿੰਘ ਜੀ ਆਮ ਲੋਕਾਂ ਦੀ ਬੋਲੀ ਤੇ ਸਿੰਘਾਂ ਦੀ ਬੋਲੀ 'ਚ ਫਰਕ ਹੈ ਆਮ ਕਹਿੰਦੇ ਇਕੱਲਾ ਸਿੰਘ ਕਹਿੰਦੇ 1.25 ਲੱਖ ਆਮ ਕਹਿੰਦੇ ਮਿਰਚਾਂ ਸਿੰਘ ਕਹਿੰਦੇ ਲੜਾਕੀਆਂ ਆਮ ਕਹਿੰਦੇ ਲੂਣ ਸਿੰਘ ਕਹਿੰਦੇ ਸਰਬਰਸ ਸਿੰਘਾਂ ਦੀ ਬੋਲੀ ਵੱਖਰੀ ਹੈ ਇਸੇ ਤਰ੍ਹਾਂ ਹੀ ਖਾਲਸੇ ਦੀ ਬੋਲੀ 'ਚ ਹੈ ਆਮ ਲੋਕ ਕਹਿੰਦੇ ਭੁੱਖ ਲੱਗੀ ਹੈ
ਸਿੰਘਾਂ ਨੇ ਕੜਾਕਾ ਲੱਗਾ ਹੈ। ਬੁਬੀ ਦਾਸ ਵਾਲੇ ਬੋਲੇ ਚੜ੍ਹਦੀ ਕਲਾ ਵਾਲੇ ਗੜਗਜ ਬੋਲੇ ਹਨ, ਢਹਿੰਦੀ ਕਲਾ ਦਾ ਬਚਨ ਕੋਈ ਨਹੀਂ ਕਰਨਾ। ਉਹ ਦੂਜਾ ਬੰਦਾ ਤਾਂ ਕਹੇਗਾ ਜੀ ਭੁੱਖ ਲੱਗੀ ਹੈ, ਹਾਏ ਭੁੱਖੇ ਆ ਮਰ ਗਏ। ਉਹ ਕਹਿੰਦਾ ਖਾਲਸਾ ਕੜਾਕਿਆਂ ਵਿੱਚ ਹੈ, ਅਗਲਾ ਡਰਦਾ ਪਤਾ ਨਹੀਂ ਕਿੱਡੇ ਕੜਾਕੇ ਕੱਢਦੇ ਹੋਣਗੇ। ਤੋ ਇਸ ਤਰ੍ਹਾਂ ਇਹ ਖਾਲਸੇ ਦੀ ਬੋਲੀ ਹੈ। ਇੱਥੇ ਹੁਣ ਬਚਨ ਆਇਆ, ਭਾਈ ਰਤਨ ਸਿੰਘ ਜੀ ਲਿਖਦੇ ਆ, ਸਿੰਘ ਕੜਾਕੇ ਸੋ ਰਹੇ, ਸਿੰਘ ਕੜਾਕੇ 'ਚ ਕਹਿੰਦੇ ਦੂਏ ਚੌਵੇ ਦਿਨ ਖਾਏ, ਦੂਜੇ ਤੀਜੇ ਚੌਥੇ ਦਿਨ ਕਿਤੇ ਮਿਲਦਾ ਸੀ ਤੇ ਖਾਂਦੇ ਸੀ, ਨਹੀਂ ਤੇ ਕੜਾਕਿਆਂ ਵਿੱਚ ਹੀ ਸਮਾਂ ਕੱਟਣਾ ਪੈਂਦਾ ਸੀ। ਬਿਨਾਂ ਲੂਣ ਭਾਜੀ ਲੱਭੈ ਤਾਂ ਖਾਵੇ ਬਹੁਤ ਸਲਾਹੀ, ਬਿਨਾਂ ਲੂਣ ਦੇ ਭਾਜੀ ਮਿਲ ਜਾਣੀ ਤੇ ਉਹ ਵੀ ਖਾ ਕੇ ਆਖਣਾ ਬੜਾ ਸਵਾਦ ਆਇਆ, ਬੜਾ ਆਨੰਦ ਆਇਆ। ਕਹਿੰਦੇ ਸਾਗ ਮਿਲਣਾ ਕਿਤੇ ਪੱਤੇ ਮਿਲਣੇ ਤੇ ਉਹ ਵੀ ਬਿਨਾਂ ਲੂਣ ਦੇ ਉਬਾਲ ਕੇ ਖਾਣੇ। ਚਾਉ ਪਈ ਜਿਸੈ ਸਿੰਘ ਪੈ ਨੂਣ ਜੋ ਹੋਈ, ਦਸਾਂ ਵੀਹਾਂ ਪੰਜਾਹ ਸਿੰਘਾਂ ਪਿੱਛੋਂ ਕਿਸੇ ਇੱਕ ਦੇ ਕੋਲ ਜੇ ਡੱਬੀ ਲੂਣ ਦੀ ਕਿਤੋਂ ਆ ਜਾਣੀ, ਸਾਰਿਆਂ ਕੋਲ ਤਾਂ ਹੋਣਾ ਕੋਈ ਨਾ। ਜਿਹੜੇ ਸਿੰਘ ਦੇ ਕੋਲ ਲੂਣ ਹੁੰਦਾ ਸੀ ਨਾ, ਉਹਦੇ ਉਹਦਾ ਜ਼ਿਆਦਾ ਖਿਆਲ ਰੱਖਦੇ ਸੀਗੇ, ਉਹਨੂੰ ਕੀ ਕਹਿੰਦੇ ਸੀ। ਹਾਂਜੀ, ਤਿਸ ਕੋ ਆਖੈ ਸਵਾਦੀ ਸੋਈ, ਉਹਨੂੰ ਕਹਿੰਦੇ ਸਵਾਦੀਆ ਸਿੰਘ, ਇਹ ਬੜਾ ਸਵਾਦੂ ਹੈ। ਕਹਿੰਦੇ ਇਹਦੇ ਕੋਲੋਂ ਲੈ ਲਓ ਥੋੜ੍ਹਾ ਜਿਹਾ ਲੂਣ, ਬਈ ਸਿੰਘਾਂ ਦਹੀਂ ਥੋੜ੍ਹਾ ਜਿਹਾ ਸਰਬਰਸ, ਲੂਣ ਨਹੀਂ ਕਹਿੰਦੇ ਸਰਬਰਸ ਕਹਿੰਦੇ ਸੀ, ਆ ਦਹੀਂ ਥੋੜ੍ਹਾ ਜਿਹਾ ਸਰਬਰਸ। ਉਹਨੇ ਚੁਟਕਾ ਲੂਣ ਦਾ ਦੇਣਾ, ਪ੍ਰਸ਼ਾਦਾ ਮਿਲਣਾ ਤੇ ਉੱਤੇ ਧਾ ਕੇ ਖਾ ਲੈਣਾ, ਨਹੀਂ ਤੇ ਪੱਤਿਆਂ ਪੁੱਤਿਆਂ ਨੂੰ ਮਲ ਕੇ ਖਾ ਲੈਣਾ। ਏਦਾਂ ਦਾ ਖਾਲਸਾ ਜੀ ਉਦੋਂ ਗੁਜ਼ਾਰਾ ਸੀ ਪੰਥ ਦਾ। ਲੱਭੈ ਸਾਗ ਖਾਹੇ ਕੱਚਾ ਪੱਕਾ, ਉਹ ਜੇ ਖਾ ਸਾਗ ਮਿਲਦਾ ਸੀ ਕੱਚਾ ਪੱਕਾ ਜੰਗਲ ਚੋਂ ਤੇ ਲੂਣ ਪਾ ਕੇ, ਜਾਂ ਕਈ ਵਾਰੀ ਲੂਣ ਨਾ ਮਿਲਣਾ ਤੇ ਏਦਾਂ ਹੀ ਖਾਣਾ ਪੈਂਦਾ ਸੀ। ਬ੍ਰਿਸ਼ਨ ਕੇ ਫਲ ਫੂਲ ਔ ਸੱਕਾ, ਦਰਖਤਾਂ ਦੇ ਪੱਤੇ ਖਾਣੇ ਪੈਂਦੇ ਸੀ, ਸੱਕ ਲਾ ਲਾ ਕੇ ਉਹ ਖਾ ਲੈਂਦੇ ਸੀ ਤੇ ਜੋ ਮਿਲਦਾ ਸੀ ਕੰਦ ਮੂਲ ਦਰਖਤ ਗੰਨੇ ਗੁੰਨੇ ਚੂਪ ਕੇ ਗੁਜ਼ਾਰਾ ਕਰਦੇ ਸੀ। ਦੋਏ ਚੌਥੇ ਦਿਨ ਮਿਲੇ ਸੋ ਖਾਹੇ, ਉਹ ਵੀ ਦੂਜੇ ਚੌਥੇ ਦਿਨ ਕਿਤੇ ਮਿਲਣਾ ਤੇ ਖਾਣਾ, ਸੌ ਪੀ ਟਿਕਣੇ ਮਿਲੇ ਸੋ ਨਾਹੇ, ਫਿਰ ਵੀ ਟਿਕ ਕੇ ਬਹਿਣਾ ਨਹੀਂ ਸੀ ਮਿਲਦਾ, ਸਾਰਾ ਦਿਨ ਘੋੜੇ ਦੀ ਕਾਠੀ ਤੇ ਕੱਟਣਾ ਪੈਂਦਾ ਸੀ। ਸਿੰਘ ਸੋ ਹੋ ਗਏ ਅਤ ਤਬ ਥੋੜੇ, ਉਦੋਂ ਸਿੰਘ ਬਹੁਤ ਥੋੜੇ ਰਹਿ ਗਏ, ਬਹੁਤ ਸ਼ਹੀਦ ਹੋ ਗਏ, ਬਹੁਤ ਬਾਹਰ ਨੂੰ ਚਲੇ ਗਏ, ਜੰਗਲਾਂ ਨੂੰ, ਪਹਾੜਾਂ ਨੂੰ, ਬੀਕਾਨੇਰ ਨੂੰ, ਖਿੰਡ ਪੁੱਟ ਗਿਆ ਖਾਲਸਾ। ਕਹੇ ਦੂਰ ਜਾਵੇ ਲੈ ਘੋੜੇ, ਤੇ ਸਿੰਘਾਂ ਦੇ ਘੋੜੇ ਸਨ ਜਿਹੜੇ, ਉਹਨਾਂ ਨੂੰ ਲੈ ਕੇ ਸਿੰਘ ਦੂਰ ਚਲੇ ਗਏ। ਦੋਹਰਾ ਜਿਸ ਦਿਨ ਮਾਰੇ ਦੁਸ਼ਟ ਕੋ, ਤਿਸ ਦਿਨ ਤਉ ਰੱਜ ਖਾਹੇ, ਜਿਸ ਦਿਨ ਕੋਈ ਦੁਸ਼ਟ ਟੱਕਰ ਜਾਂਦਾ ਸੀ ਉਹਨੂੰ ਮਾਰ ਕੇ ਖੋਹ ਕੇ ਖਾ ਲੈਂਦੇ ਸੀ ਰੱਜ ਕੇ। ਰੋਟੀ ਰੱਜ ਕੇ ਕਦੀ ਕਦੀ ਮਿਲਦੀ ਸੀ ਜਦੋਂ ਕੋਈ ਸਰਕਾਰੀ ਖਜ਼ਾਨਾ ਜਾਂਦਾ ਲੁੱਟ ਲੈਣ, ਖਜ਼ਾਨਾ ਵੀ ਫਿਰ ਕੀ ਕਰਨਾ ਸੀ, ਜਦੋਂ ਰਾਸ਼ਨ ਪਾਣੀ ਜਿੱਥੇ ਹੁੰਦਾ ਸੀ ਨਾ ਉਹ ਹੀ ਲੁੱਟਦੇ ਸੀਗੇ, ਕਿੱਥੋਂ ਆਟਾ ਜਾਂਦਾ ਹੋਵੇ ਉਹ ਲੁੱਟ ਲੈਣਾ, ਕਿਤੇ ਦਾਲ ਤੇ ਫੇਰ ਪ੍ਰਸ਼ਾਦਾ ਕਿਤੇ ਜੰਗਲ 'ਚ ਬਣਾ ਕੇ ਖਾ ਲੈਂਦੇ ਸੀ। ਹਾਂਜੀ, ਨਹੀਂ ਮਿਲੇ ਤਾਂ ਮਸਤ ਰਹੇ ਇਸ ਵਿਦ ਗੁਜ਼ਰ ਕਰਾਹੇ, ਜੇ ਨਹੀਂ ਮਿਲਦਾ ਸੀ ਤੇ ਕਹਿੰਦੇ ਸੀ ਲੰਗਰ ਮਸਤਾਨਾ ਹੈ ਖਾਲਸੇ ਦਾ, ਤੇ ਇਸ ਤਰ੍ਹਾਂ ਗੁਜ਼ਾਰਾ ਕਰਦੇ ਸੀ ਮਸਤਾਨੇ ਪਹਿਰੇ ਵਿੱਚ। ਜਾਉ ਪਈ ਗੈਲੇ ਫਿਰੈ ਦੇਖਣ ਹਲਕਾਰੇ, ਸਿੰਘਾਂ ਦੇ ਪਿੱਛੇ ਪਿੱਛੇ ਸੂਈਏ ਸੂ ਲੈਂਦੇ ਫਿਰਦੇ ਸੀ, ਗੈਲੇ ਫਿਰੈ ਦੇਖਣ ਹਲਕਾਰੇ, ਹਲਕਾਰੇ ਸਰਕਾਰ ਦੇ ਸੀਆਈਡੀ ਵਾਲੇ ਬੰਦੇ, ਉਹ ਪਿੱਛੇ ਪਿੱਛੇ ਪਿੰਡਾਂ ਦੇ ਵਿੱਚ ਹਰਲ ਹਰਲ ਕਰਦੇ ਫਿਰਦੇ ਸੀ ਕੁੱਤਿਆਂ ਦੀ ਤਰ੍ਹਾਂ। ਦੇਖ ਲਿਆ ਮੈਂ ਫੌਜ ਕੋ ਚਾੜੇ, ਜਿੱਥੇ ਕਿਤੇ ਸਿੰਘਾਂ ਦੀ ਸੂ ਮਿਲਦੀ ਸੀ ਉਸੇ ਵੇਲੇ ਭੱਜ ਕੇ ਸਰਕਾਰ ਨੂੰ ਦੱਸ ਦਿੰਦੇ ਸੀ ਉਹ ਫਲਾਣੇ ਪਿੰਡ ਸਿੰਘ ਬੈਠੇ ਆ, ਫਲਾਣੇ ਜੰਗਲ 'ਚ ਸਿੰਘ ਬੈਠੇ ਆ, ਫਲਾਣੇ ਖੇਤ 'ਚ ਸਿੰਘ ਬੈਠੇ ਆ, ਉਸੇ ਵੇਲੇ ਫੌਜ ਆ ਜਾਂਦੀ ਸੀ ਚੜ੍ਹ ਕੇ। ਜਿਸੈ ਗ੍ਰਾਮ ਮੈਂ ਸਿੰਘ ਸੋ ਪਾਵੇ ਹੈ, ਜਿਹੜੇ ਪਿੰਡ ਵਿੱਚ ਕੋਈ ਸਿੰਘ ਲੱਭਦਾ ਸੀ, ਭਾਈ ਬੰਦ ਤਿਸ ਸਭੈ ਫੜਾਵੇ ਹੈ, ਉਹ ਸਿੰਘ ਨੂੰ ਤੇ ਫੜਦੇ ਸੀ, ਜੇ ਸਿੰਘ ਨਾ ਫੜਿਆ ਜਾਵੇ ਉਹਦੇ ਭਰਾਵਾਂ ਨੂੰ, ਉਹਦੇ ਚਾਚਿਆਂ ਤਾਇਆਂ ਨੂੰ ਵੀ ਫੜ ਕੇ ਲੈ ਜਾਂਦੇ ਸੀ। ਲੇਖ ਨਵਾਬ ਤਬ ਐਸ ਫੇਰਾਵਾ, ਨਵਾਬ ਜਕਰੀਏ ਖਾਨ ਨੇ ਪੰਜਾਬ ਦੇ ਵਿੱਚ ਐਲਾਨ ਕਰ ਦਿੱਤਾ ਸੀ, ਲੂਟ ਮਾਫ ਘਰ ਸਿੰਘ ਸੋ ਪਾਵਾ, ਕਿ ਜੇ ਕਿਸੇ ਸਿੱਖ ਦਾ ਘਰ ਲੁੱਟੋਗੇ ਉਹ ਤੁਹਾਨੂੰ ਤੁਹਾਡਾ ਮਾਫ ਹੈ। ਹੋਰ ਤਾਂ ਸਰਕਾਰ ਕਿਸੇ ਨੂੰ ਲੁੱਟ ਮਾਫ ਨਹੀਂ ਨਾ ਕਰ ਸਕਦੀ, ਪਰ ਉਸ ਵੇਲੇ ਸਰਕਾਰ ਡਾਕੂ ਬਣ ਗਈ, ਡਾਕੂਆਂ ਨੂੰ ਪੈਦਾ ਕਰ ਦਿੱਤਾ ਵੀ ਡਾਕੂ ਲੋਕ ਜੇ ਲੁੱਟਣਾ ਚਾਹੁਣ ਸਿੱਖਾਂ ਦਾ ਘਰ ਲੁੱਟ ਸਕਦੇ ਆ, ਜਿਹੜਾ ਸਿੱਖਾਂ ਦਾ ਘਰ ਲੁੱਟੇਗਾ ਉਹਦੀ ਲੁੱਟ ਮਾਫ ਹੋਵੇਗੀ। ਸਿਰ ਪਰ ਹੋਵੇ ਜਿਸ ਕੇ ਕੇਸ, ਇਹ ਜਕਰੀਏ ਨੇ ਐਲਾਨ ਕੀਤਾ ਸਿਰ ਪਰ ਹੋਵੇ ਜਿਸ ਕੇ ਕੇਸ, ਜਿਹਦੇ ਸਿਰ ਤੇ ਕੇਸ ਹੋਣਗੇ, ਰਹਿਣ ਨਾ ਦੇਨੋ ਆਪਣੇ ਦੇਸ, ਉਹਨੂੰ ਆਪਣੇ ਦੇਸ਼ ਚ ਮੈਂ ਨਹੀਂ ਰਹਿਣ ਦਿਆਂਗਾ, ਜੋ ਸਿੰਘਣ ਆਏ ਮੋਹੇ ਬਤਾਵੇ, ਜੇ ਕੋਈ ਆ ਕੇ ਮੈਨੂੰ ਸਿੰਘਾਂ ਬਾਰੇ ਦੱਸੇਗਾ, ਆਏ ਇਨਾਮ ਸੋ ਮੈਂ ਤੇ ਪਾਵੇ, ਮੇਰੇ ਕੋਲੋਂ ਮੂੰਹ ਮੰਗਿਆ ਇਨਾਮ ਪਾਵੇਗਾ, ਜੋ ਸਿੰਘ ਕੋ ਉਤਾਰੇ ਕੇਸ, ਜੇ ਕੋਈ ਸਿੰਘ ਦੇ ਕੇਸ ਵੀ ਮੁੰਨ ਕੇ ਲੈ ਆਵੇਗਾ। ਅੱਜ ਤਾਂ ਖਾਲਸਾ ਜੀ ਅਸੀਂ ਆਪਣੇ ਆਪ ਹੀ ਮਨਾਈ ਜਾਂਦੇ ਹਾਂ,
ਉਦੋਂ ਸਾਡੀ ਸਰਕਾਰ ਸਿਰ ਮਨਾਉਣਾ ਚਾਹੁੰਦੀ ਸੀ, ਪਰ ਸਿੰਘ ਆਪਣੇ ਕੇਸਾਂ ਨੂੰ ਬਚਾਉਣ ਲਈ ਘਰ ਘਾਟ ਛੱਡੀ ਬੈਠੇ ਸਨ, ਜੰਗਲਾਂ 'ਚ ਰਹਿੰਦੇ ਸੀ। ਕਹਿੰਦੇ ਜੇ ਕੋਈ ਸਿਰ ਦੇ ਕੇਸ ਮੁੰਨ ਕੇ ਲਿਆਵੇਗਾ ਸਿੱਖ ਦੇ, ਦਿਉਂ ਦੁਸ਼ਾਲੇ ਆਓ ਵੱਡ ਖੇਸ, ਉਹਨੂੰ ਮੈਂ ਦੁਸ਼ਾਲੇ ਦਿਆਂਗਾ, ਵੱਡੇ ਵੱਡੇ ਖੇਸ ਦੇ ਇਨਾਮ ਦਿਆਂਗਾ। ਦੋਹਰਾ ਦੱਸਣ ਵਾਲੇ 10 ਰੁਪਏ, ਆਓ ਮਾਰਨ ਵਾਲ 50। ਜਿਹੜਾ ਸਿੱਖ ਦੀ ਖਬਰ ਦੇਵੇਗਾ ਉਹਨੂੰ 10 ਰੁਪਈਏ ਮਿਲਣਗੇ, ਜਿਹੜਾ ਸਿੱਖ ਨੂੰ ਮਾਰ ਕੇ ਸਿਰ ਵੱਢ ਕੇ ਲਾਏਗਾ ਉਹਨੂੰ 50 ਰੁਪਈਏ ਮਿਲਣਗੇ। ਜਹ ਲਾਲਚ ਤੁਰਕਣ ਦਇਓ, ਤਬ ਬਹੁਤ ਸਿੰਘਣ ਭਇਓ ਨਾਸ਼। ਜਦੋਂ ਇਹ ਜਕਰੀਏ ਨੇ ਲਾਲਚ ਦਿੱਤਾ 50 ਰੁਪਈਏ ਮਿਲਣਗੇ, 50 ਦੇ ਨਾਂ ਤੇ ਵੱਡਿਆਂ ਵੱਡਿਆਂ ਦੇ ਮੂੰਹ 'ਚ ਪਾਣੀ ਆ ਗਿਆ, 50 ਰੁਪਈਆ ਬੜਾ ਹੁੰਦਾ ਸੀ। ਉਦੋਂ ਉਹ ਲਾਲਚੀ ਲੋਕ ਸਿੰਘਾਂ ਦਾ ਸ਼ਿਕਾਰ ਕਰਨ ਲੱਗ ਪਏ, ਬਹੁਤ ਸਾਰੇ ਸਿੰਘ ਮਾਰ ਕੇ ਲਾਹੌਰ ਪਹੁੰਚਾਏ ਗਏ ਸਿਰ ਵੱਢ ਕੇ। ਜੋ ਖੇਤੀ ਕਰਤ ਥੇ ਸਿੰਘ ਸੋ ਪਿੰਡਨ ਮਾਹੇ, ਜਿਹੜੇ ਸਹਿਜਧਾਰੀ ਸਿੱਖ ਸਨ ਜਾਂ ਪਿੰਡਾਂ ਵਿੱਚ ਰਹਿ ਕੇ ਖੇਤੀ ਕਰਦੇ ਸੀ ਸਿੰਘ, ਤਾਹੂ ਕੋ ਭੀ ਮਾਰਿਓ ਕੇਸ ਦਿਸੇ ਸਿਰ ਜਾਹੇ। ਇਹਨਾਂ ਨੇ ਕੇਸ ਰੱਖੇ ਨੇ, ਕਿਉਂ ਰੱਖਿਆ ਵੀ ਤੁਸੀਂ ਕੇਸ? ਉਹ ਕਹਿੰਦੇ ਜੀ ਸਾਡੇ ਗੁਰੂ ਦਾ ਹੁਕਮ ਹੈ, ਆਓ ਫਿਰ ਤੁਸੀਂ ਲੈ ਜਾਣਾ ਉਹਨਾਂ ਨੂੰ ਬੰਨ ਕੇ, ਮਾਰ ਦੇਣਾ, ਵੱਢ ਦੇਣਾ ਸਿਰ ਉਹਨਾਂ ਦਾ। ਖੇਤੀ ਕਰਨ ਵਾਲੇ ਵੀ ਆਮ ਜਿਹੜੇ ਸਿੱਖ ਸੀਗੇ ਸਹਿਜਧਾਰੀ ਸਿੱਖ, ਉਹ ਵੀ ਨਹੀਂ ਛੱਡੇ। ਜਾਓ ਭਾਈ ਐਸੋ ਹੁਕਮ ਨਵਾਬ ਲਿਖਾਇਆ, ਇਸ ਤਰ੍ਹਾਂ ਜਕਰੀਏ ਨੇ ਨਵਾਬ ਨੇ ਸਖਤ ਹੁਕਮ ਲਿਖਵਾ ਦਿੱਤਾ, ਚਾਰੋਂ ਓਰ ਲਾਹੌਰ ਪਠਾਇਆ, ਲਾਹੌਰ ਦੇ ਚਾਰੇ ਪਾਸੇ ਪੂਰੇ ਪੰਜਾਬ ਦੇ ਵਿੱਚ ਹੁਕਮ ਜਾਰੀ ਕਰ ਦਿੱਤਾ। ਖੇਤੀ ਵਣਜ ਕਰੇ ਜੇ ਕੋਈ, ਜੇ ਕੋਈ ਖੇਤੀ ਕਰਦਾ ਕੋਈ ਵਪਾਰ ਕਰਦਾ ਹੈ, ਕੇਸਣ ਵਾਲਾ ਛੱਡੋ ਨਾ ਕੋਈ, ਉਹਨੂੰ ਕਹੋ ਵੀ ਜ਼ਿਆਦਾ ਆਪਣਾ ਸਿਰ ਮੂੰਹ ਮਨਾ ਲਵੇ, ਤੇ ਜੇ ਕੇਸ ਰੱਖਣੇ ਤੇ ਉਹਨੂੰ ਛੱਡੋ ਨਾ, ਮਾਰ ਦਿਓ ਸਿਰ ਵੱਢ ਦਿਓ ਉਹਦਾ। ਸਿੰਘਣ ਖੂਨ ਮਾਫ ਹਮ ਕੀਨੇ, ਸਿੱਖਾਂ ਦਾ ਖੂਨ ਮਾਫ ਹੈ, ਸਿੱਖ ਨੂੰ ਮਾਰਨ ਤੇ ਸਰਕਾਰ ਇਨਾਮ ਦੇਵੇਗੀ, ਕੋਈ ਸਜ਼ਾ ਨਹੀਂ ਦੇਵੇਗੀ। ਜਿੱਤ ਲੱਭੇ ਤਿੱਤ ਮਾਰੋ ਚੀਨੇ, ਸਿੱਖਾਂ ਨੂੰ ਮਾਰਨਾ ਇਹ ਸਰਕਾਰ ਦਾ ਹੁਕਮ ਹੈ, ਇਹ ਤੁਹਾਨੂੰ ਕੋਈ ਇਹਦੇ ਚ ਦਿੱਕਤ ਨਹੀਂ ਹੈ ਆਉਣੀ ਚਾਹੀਦੀ, ਕੋਈ ਡਰ ਨਹੀਂ ਹੋਣਾ ਚਾਹੀਦਾ, ਤੁਹਾਨੂੰ ਕੋਈ ਪੁੱਛ ਗਿੱਛ ਨਹੀਂ ਹੋਵੇਗੀ, ਬਲਕਿ ਇਨਾਮ ਮਿਲੇਗਾ। ਲੂਟ ਕੂਟ ਉਸ ਮਾਫ ਹਮ ਕਰੀ, ਜਿਹਦਾ ਸਿੱਖ ਧਰਮ ਨਾਲ ਕੋਈ ਸੰਬੰਧ ਹੈ ਉਹਦਾ ਘਰ ਬਾਰ ਲੁੱਟ ਲਓ, ਉਹ ਮਾਫ ਹੋਵੇਗਾ। ਹਮਰੀ ਲਿਖਤ ਇਹ ਜਾਣੋ ਖਰੀ, ਇਹ ਸਾਡੀ ਲਿਖਤ ਪੱਕੀ, ਅਸੀਂ ਇਹ ਤੋਂ ਮੁੱਕਰਾਂਗੇ ਨਹੀਂ। ਦੋਹਰਾ ਜਬ ਨਵਾਬ ਲਾਲਚ ਕਹਿਓ, ਹਿੰਦੂ ਜਟਨ ਬੁਲਾਏ, ਜਦੋਂ ਨਵਾਬ ਨੇ ਪੰਜਾਬ ਦੇ ਜੱਟਾਂ ਨੂੰ ਇਹ ਲਾਲਚ ਦਿੱਤਾ, ਜਿਹੜੇ ਕੱਚੇ ਬਿੱਲੇ ਸਨ, ਸਿੱਖੀ ਤੋਂ ਦੂਰ ਸਨ, ਹਿੰਦੂ ਸਨ, ਜਾਂ ਕਹਿ ਲਓ ਵੀ ਜਿਹੜੇ ਸਖੀ ਸਰਵਰੀਏ ਸੁਲਤਾਨੀਏ ਸਨ, ਉਹਨਾਂ ਸਾਰਿਆਂ ਨੂੰ ਦੇਵੈ ਸਿੰਘਣ ਪਕੜ ਕੇ ਲਾਹੌਰ ਸੋ ਕਈ ਪਹੁੰਚਾਏ। ਉਹ ਲਾਲਚ ਵਿੱਚ ਆ ਕੇ 50-50 ਰੁਪਈਏ ਦਾ ਲਾਲਚ ਸਿੰਘਾਂ ਨੂੰ ਫੜ ਫੜ ਕੇ ਲਾਹੌਰ ਪਹੁੰਚਾਉਂਦੇ, ਉਹਨਾਂ ਦਾ ਸਿਰ ਵੱਢ ਕੇ ਲਿਜਾਂਦੇ ਨੇ। ਜਾਓ ਭਾਈ ਜੰਡਿਆਲੇ ਵਾਲੇ ਬਹੁਤ ਫੜਾਵੈ, ਸਭ ਤੋਂ ਜ਼ਿਆਦਾ ਵੱਡੇ ਵੈਰੀ ਜੰਡਿਆਲੀਏ ਸਨ, ਜੰਡਿਆਲਾ ਗੁਰੂ ਅੰਮ੍ਰਿਤਸਰ ਦੇ ਲਾਗੇ ਹੈ, ਇਹ ਸਾਧ ਸੰਗਤ ਜੀ ਜੰਡਿਆਲੇ ਵਾਲੇ ਹੈ ਤਾਂ ਸਿੱਖਾਂ ਵਿੱਚੋਂ ਹੀ ਸੀਗੇ। ਗੁਰੂ ਅਮਰਦਾਸ ਜੀ ਦੇ ਲੰਗਰ 'ਚ ਆਟਾ ਗੁੰਨਿਆ ਕਰਦਾ ਸੀ ਭਾਈ ਹੰਧਾਲ, ਜ਼ਿਮੀਂਦਾਰ ਜੱਟ ਸੀਗਾ, ਅਤੇ ਗੁਰੂ ਸਾਹਿਬ ਜੀ ਮਹਾਰਾਜ ਲੰਗਰ 'ਚ ਮੱਥਾ ਟੇਕਣ ਆਏ, ਲੰਗਰ ਦੇਖਣ ਆਏ ਸਤਿਗੁਰੂ ਅਮਰਦਾਸ ਜੀ, ਅਤੇ ਹੰਧਾਲ ਆਟਾ ਗੁੰਨ ਰਿਹਾ ਸੀਗਾ, ਉਹਨੇ ਆਟੇ ਗੁੰਨਦੇ ਨੇ ਸੋਚਿਆ ਵੀ ਮੈਂ ਗੁਰੂ ਸਾਹਿਬ ਨੂੰ ਕਿਵੇਂ ਮੱਥਾ ਟੇਕਾਂ, ਉਹਨੇ ਆਪਣੇ ਹੱਥ ਪਿੱਛੇ ਕਰਕੇ ਗੁਰੂ ਸਾਹਿਬ ਗੁਰੂ ਅਮਰਦਾਸ ਦੇ ਪੈਰਾਂ 'ਤੇ ਮੱਥਾ ਟੇਕਿਆ, ਅਤੇ ਉਸ ਦਿਨ ਤੋਂ ਉਹਦੀ ਸੰਪਰਦਾਇ ਦੀ ਮਰਿਆਦਾ ਹੀ ਚੱਲ ਗਈ ਵੀ ਹੱਥ ਪਿੱਛੇ ਕਰਕੇ ਮੱਥਾ ਟੇਕਦੇ, ਅਜੇ ਤੱਕ ਉਹਨਾਂ ਦੇ ਹੱਥ ਪਿੱਛੇ ਕਰਕੇ ਮੱਥਾ ਪਿੱਠ ਪਿੱਛੇ ਕਰ ਲੈਂਦੇ। ਪਰ ਉਹਦਾ ਜਿਹੜਾ ਪੋਤਰਾ ਸੀਗਾ ਉਹ ਤੋਂ ਗੁਰੂ ਘਰ ਦੇ ਨਾਲ ਉਹਨਾਂ ਦਾ ਵਿਰੋਧ ਹੋ ਗਿਆ, ਅਤੇ ਅੱਗੇ ਚੱਲ ਕੇ ਹਰ ਭਗਤ ਨਿਰੰਜਨੀਆ ਹੋਇਆ ਇਹਨਾਂ ਵਿੱਚੋਂ, ਜਿਹਨੇ ਸਾਧ ਸੰਗਤ ਜੀ ਬਹੁਤ ਸਿੰਘ ਸ਼ਹੀਦ ਕਰਵਾਏ ਹਨ। ਜੰਡਿਆਲੀਏ ਕਹਿੰਦੇ ਸਿੱਖਾਂ ਦੇ ਸਭ ਤੋਂ ਵੱਡੇ ਮੁਖਬਰ ਸਨ। ਉਤੇ ਗੁਰੂ ਇੱਕ ਸਿੱਖ ਕਹਾਵੈ, ਆਪਣੇ ਆਪ ਨੂੰ ਗੁਰੂ ਕਹਾਉਂਦੇ ਸੀ, ਗੁਰੂ ਕੇ ਸਿੱਖ ਵੀ ਕਹਾਉਂਦੇ ਸੀ, ਆਪਣੀ ਵੱਖਰੀ ਗੱਦੀ ਲਾਈ, ਜੰਡਿਆਲਾ ਗੁਰੂ ਕਰਕੇ ਆਪਣਾ ਵੱਖਰਾ ਹੀ ਡੇਰਾ ਬਣਾਇਆ ਸੀ। ਹਰ ਭਗਤ ਨਿਰੰਜਨੀਓ ਸੋ ਕਹਾਵੈ, ਆਪਣੇ ਆਪ ਨੂੰ ਹਰ ਭਗਤ ਨਿਰੰਜਨੀਆ ਕਹਾਉਂਦਾ ਸੀ ਉਹ, ਸੋ ਆਗੇ ਹੋਏ ਸਿੰਘਣ ਫੜਾਵੈ, ਹਰ ਭਗਤ ਨਿਰੰਜਨੀਆ ਸਭ ਤੋਂ ਮੂਹਰੇ ਹੋ ਕੇ ਸਿੱਖਾਂ ਨੂੰ ਪਕੜਾਉਂਦਾ ਸੀ। ਹਮਰਾ ਪਿੰਡ ਦੋਏ ਬਾਰ ਲੁਟਾਇਆ, ਭਾਈ ਰਤਨ ਸਿੰਘ ਜੀ ਕਹਿੰਦੇ ਸਾਡਾ ਪਿੰਡ ਰਾਜਾ ਸਾਂਸੀ ਦੇ ਲਾਗੇ ਅੰਮ੍ਰਿਤਸਰ ਦੇ ਕੋਲ ਹੈ, ਮੀਰਾਂ ਕੋਟ ਭਾਈ ਮਹਤਾਬ ਸਿੰਘ ਦਾ ਪਿੰਡ, ਇਹ ਅੰਮ੍ਰਿਤਸਰ ਤੋਂ ਆਪਾਂ ਹਵਾਈ ਅੱਡੇ ਨੂੰ ਜਾਈਏ ਨਾ ਦਰਬਾਰ ਸਾਹਿਬ ਤੋਂ, ਅਤੇ ਰਸਤੇ ਵਿੱਚ ਆਉਂਦਾ ਸੱਜੇ ਪਾਸੇ ਮੀਰਾਂ ਕੋਟ, ਇਹ ਪਿੰਡ ਭਾਈ ਰਤਨ ਸਿੰਘ ਜੀ ਕਹਿੰਦੇ ਹਮਰਾ ਪਿੰਡ ਦੋ ਵਾਰ ਲੁਟਾਇਆ, ਦੋ ਵਾਰੀ ਉਸ ਭਗਤ ਨਿਰੰਜਨੀਆ ਨੇ ਲੁਟਵਾਇਆ ਹੈ। ਪਿਤਾ ਹਮਾਰਾ ਕਾਟ ਸੁਟਾਇਆ, ਸਾਡੇ ਪਿਤਾ ਨੂੰ ਮਰਵਾਉਣ ਵਾਸਤੇ ਰਾਏ ਸਿੰਘ ਨੂੰ 3 ਵਾਰੀ ਤਲਵਾਰਾਂ ਦੇ ਵਾਰ ਵੱਜੇ, ਕੱਟ ਕੇ ਸੁੱਟ ਹੀ ਗਏ ਸਨ, ਮਾਰ ਹੀ ਗਏ ਸਨ ਜੰਡਿਆਲੇ ਵਾਲੇ, ਉਹਦਾ ਪਰਮੇਸ਼ਰ ਨੇ ਉਹਨੂੰ ਬਚਾਉਣਾ ਸੀ, ਉਹਦੀ ਸਾਹ ਰਗ ਬਚ ਗਈ,
ਤੇ ਉਹ 7 ਸਾਲ ਦਾ ਬੱਚਾ ਸੀ ਉਦੋਂ ਮਹਿਤਾਬ ਸਿੰਘ ਦਾ ਪੁੱਤਰ ਅੱਗੇ ਕਥਾ ਆਉਣੀ ਆ ਉਹਦੀ ਸੋ ਸਾਡੇ ਪਿਤਾ ਨੂੰ ਮਰਵਾਉਣ ਵਾਸਤੇ ਉਸਨੇ ਹਮਲਾ ਕਰਵਾਇਆ ਸੀ ਮਜੀਠਾ ਕੇ ਜੱਟ ਸੋ ਰਾਖੈ ਬੈਰ ਔਰ ਮਜੀਠੇ ਮਜੀਠਾ ਪਿੰਡ ਆ ਲਾ ਕੇ ਉਹਨਾਂ ਦੇ ਜੱਟਾਂ ਨਾਲ ਵੈਰ ਸੀ ਹਮਾਰਾ ਦਾਦਾ ਫੜ ਦਿਓ ਲਾਹੌਰ ਔਰ ਕਹਿੰਦੇ ਆ ਵੀ ਸਾਡੇ ਦਾਦੇ ਨੂੰ ਭਾਈ ਮਹਿਤਾਬ ਸਿੰਘ ਜੀ ਨੂੰ ਫੜ ਕੇ ਭਗਤ ਨਿਰੰਜਨੀਆ ਹੀ ਲਾਹੌਰ ਲੈ ਗਿਆ ਸੀ ਦੋਹਰਾ ਦੀਨ ਚਰਖ ਚੜਾਏ ਤਿੰਨ ਤਾਰੂ ਸਿੰਘ ਕੇ ਸਾਥ ਭਾਈ ਤਾਰੂ ਸਿੰਘ ਤੇ ਮਹਿਤਾਬ ਸਿੰਘ ਨੂੰ ਚਰਖੜੀ ਤੇ ਚਾੜ ਕੇ ਜਕਰੀਆ ਨੇ ਜਦੋਂ ਸ਼ਹੀਦ ਕੀਤਾ ਹੈ ਤਾਂ ਇਹ ਕੰਮ ਭਗਤ ਨਿਰੰਜਨੀਆ ਨੇ ਕਰਵਾਇਆ ਤਾਰੂ ਸਿੰਘ ਨੂੰ ਵੀ ਜੰਡਿਆਲੇ ਵਾਲਿਆਂ ਨੇ ਗ੍ਰਿਫਤਾਰ ਕਰਾਇਆ ਭਾਈ ਮਹਿਤਾਬ ਸਿੰਘ ਨੂੰ ਵੀ ਉਹੀ ਫੜ ਕੇ ਲੈ ਗਏ ਨਵਾਬ ਤਬੈ ਪੇਟ ਪੀੜਿਆ ਤੜਫ ਮੋਇਆ ਦਿਨ ਰਾਤ ਤੇ ਜਕਰੀਆ ਖਾਨ ਦੇ ਪੇਟ ਜਦੋਂ ਸੂਲ ਉੱਠਿਆ ਸੀ ਤੇ ਉਹ ਤੜਫ ਤੜਫ ਕੇ ਮਰਿਆ ਸੀ ਚਾਉ ਪਈ ਕਰਮਾ ਛੀਨਾ ਛੀਨੀ ਰਹਿ ਛੀਨਿਆ ਦਾ ਰਹਿਣ ਵਾਲਾ ਕਰਮਾ ਛੀਨਾ ਜੱਟ ਬਹੁਤ ਵੈਰੀ ਸੀ ਪੰਥ ਖਾਲਸੇ ਦਾ ਵਿਦੋਸ਼ੇ ਸਿੰਘਨ ਮਾਰਤ ਵਹਿ ਉਹ ਵਿਦੋਸ਼ੇ ਸਿੰਘਾਂ ਨੂੰ ਮਾਰਦਾ ਸੀ ਗੁਨਾਹ ਬੇਗੁਨਾਹਾਂ ਨੂੰ ਮਰਵਾਉਂਦਾ ਸੀ ਪਿੰਡਾਂ ਚੋਂ ਫੜ ਕੇ ਛੀਨਿਆ ਦਾ ਕਰਮਾ ਛੀਨਾ ਕਰਕੇ ਮਸ਼ਹੂਰ ਹੈ ਰਾਜੇ ਸਾਂਸੀ ਕੇ ਸਿੰਘ ਬਹੁ ਮਾਰੇ ਉਹਨੇ ਰਾਜਾ ਸਾਂਸੀ ਪਿੰਡ ਦੇ ਬੜੇ ਸਿੰਘ ਮਰਵਾਏ ਕਰਮੇ ਛੀਨੇ ਨੇ ਖਾਲਸੇ ਅੱਗੇ ਭਈ ਪੁਕਾਰੇ ਇਹਨਾਂ ਸਿੰਘਾਂ ਦੀ ਪੁਕਾਰ ਦਰਗਾਹ ਚ ਗਈ ਦੁਸ਼ਟ ਬਹੁਤ ਥੋ ਰਾਮਾ ਰੰਧਾਵਾ ਸਭ ਤੋਂ ਵੱਡਾ ਵੈਰੀ ਖਾਲਸੇ ਦਾ ਸੀ ਰਾਮਾ ਰੰਧਾਵਾ ਇਹ ਖਾਲਸਾ ਜੀ ਜਦੋਂ ਆਪਾਂ ਅੰਮ੍ਰਿਤਸਰ ਤੋਂ ਬਟਾਲੇ ਜਾਈਏ ਤੇ ਉਦੋਂ ਖੱਬੇ ਪਾਸੇ ਨੂੰ ਜਾਂਦੇ ਆ ਖੱਬੇ ਪਾਸੇ ਨੂੰ ਇਲਾਕਾ ਪੈਂਦਾ ਰਾਮੇ ਰੰਧਾਵੇ ਦਾ ਘਣੀਏ ਕੇ ਬਾਂਗਰ ਪਿੰਡ ਹੈ ਇਹ ਘਣੀਏ ਕੇ ਬਾਂਗਰ ਪਿੰਡ ਦਾ ਸੀਗਾ ਰਾਮਾ ਰੰਧਾਵਾ 300 ਕਿਲਾ ਜਿਨ ਆਪ ਬਣਾਵਾ ਕਹਿੰਦੇ ਉਹਨੇ ਕਿਲਾ ਬਣਾਇਆ ਹੋਇਆ ਸੀ ਸਿੱਖਾਂ ਨੂੰ ਮਾਰਨ ਵਾਸਤੇ ਵਹਿ ਸਿੰਘਨ ਕੋ ਬਹੁਤ ਅਕਾਵੈ ਉਹ ਜਿਹਨੇ ਗੁਰਦਾਸਪੁਰ ਦੇ ਬਟਾਲੇ ਦੇ ਇਲਾਕੇ ਦੇ ਸਿੰਘਾਂ ਨੂੰ ਬਹੁਤ ਤੰਗ ਕਰਦਾ ਸੀ ਆਪੇ ਪਕੜੇ ਆਪ ਮਰਾਵੈ ਆਪੇ ਹੀ ਫੜ ਕੇ ਸਿੰਘਾਂ ਨੂੰ ਤਸੀਹੇ ਦੇ ਕੇ ਆਪ ਮਾਰਿਆ ਕਰਦਾ ਸੀ ਰਾਮਾ ਰੰਧਾਵਾ ਤਿਨਹਿ ਕਹਾਣੀ ਜਗਤ ਚਲਾਈ ਉਹਨੇ ਤੇ ਇੰਨਾ ਜ਼ੁਲਮ ਕੀਤਾ ਵੀ ਲੋਕਾਂ ਵਿੱਚ ਖਬਰ ਪੈ ਇੱਕ ਗੱਲ ਫੈਲ ਗਈ ਸੀ ਉਸ ਵੇਲੇ ਰਾਮੇ ਦੇਸ਼ ਨਾ ਜਾਇਓ ਭਾਈ ਇਹ ਗੱਲ ਲੋਕਾਂ ਦੇ ਜ਼ੁਬਾਨ ਤੇ ਆ ਗਈ ਸੀ ਰਾਮੇ ਦੇਸ਼ ਨਾ ਜਾਇਓ ਭਾਈ ਜਿਵੇਂ ਆਪਾਂ ਕਹਿੰਦੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਢਦਾ ਦੂਣ ਸਵਾਏ ਹੋਏ ਏਦਾਂ ਦੀਆਂ ਮੂੰਹ ਚੜੀਆਂ ਗੱਲਾਂ ਨੇ ਨਾ ਇਹ ਲੋਕਾਂ ਦੀ ਇਹਨੂੰ ਕਹਿੰਦੇ ਆ ਅਖਾਉਤ ਕਹਾਵਤਾਂ ਲੋਕੋਕਤੀਆਂ ਇਹ ਲੋਕੋਕਤੀਆਂ ਸਨ ਉਸ ਵੇਲੇ ਇਹ ਵੀ ਲੋਕੋਕਤੀ ਸੀ ਕਿ ਰਾਮੇ ਦੇਸ਼ ਨਾ ਜਾਇਓ ਭਾਈ ਰਾਮੇ ਦੇ ਦੇਸ਼ ਨਾ ਜਾਇਆ ਜੇ ਭਰਾਵੋ ਹਮ ਰਾਮੇ ਦੇਸ਼ ਨਾ ਜਾਵਾਂਗੇ ਇਹ ਵੀ ਸੀ ਹਮ ਰਾਮੇ ਦੇਸ਼ ਨਾ ਜਾਵਾਂਗੇ ਲੋਕ ਕਹਿੰਦੇ ਸੀ ਰਾਮੇ ਦੇ ਮੁਲਕ ਨਹੀਂ ਜਾਣਾ ਡੇਲਾ ਬਾਟਾ ਮਾਝੇ ਕੋ ਖਾਵਾਂਗੇ ਅਸੀਂ ਡੇਲਾ ਬਾਟਾ ਖਾ ਲਾਂਗੇ ਉਹ ਜਿਵੇਂ ਡੇਲੇ ਪੀਲੂ ਮਿਲਦੇ ਸੀ ਨਾ ਉਸ ਵੇਲੇ ਗਰੀਬ ਲੋਕ ਵਿਚਾਰੇ ਉਹ ਖਾਂਦੇ ਸੀ ਕਹਿੰਦੇ ਆਪਣੇ ਪਿੰਡ ਦੀ ਰੁੱਖੀ ਸੁੱਖੀ ਖਾ ਲਾਂਗੇ ਦੂਰ ਚਲੇ ਜਾਵਾਂਗੇ ਪਰ ਰਾਮੇ ਦੇ ਦੇਸ਼ ਨਹੀਂ ਜਾਵਾਂਗੇ ਇੰਨਾ ਜ਼ਾਲਮ ਸੀ ਉਹ ਰਹਿ ਜੋਧਾ ਨਗਰੀ ਧਰਮ ਜੋਦਾਸ ਤੇ ਜੋਧਾ ਨਗਰੀ ਦੇ ਵਿੱਚ ਧਰਮਦਾਸ ਇੱਕ ਰਹਿੰਦਾ ਸੀ ਤੀਨੋ ਚਾਹੇ ਸੋ ਸਿੰਘਨ ਨਾਸ ਉਹ ਕਹਿਣ ਨੂੰ ਤਾਂ ਧਰਮਦਾਸ ਸੀ ਪਰ ਹੈ ਅਧਰਮੀ ਪਾਪੀ ਸੀ ਉਹਨੇ ਬੜੇ ਸਿੰਘ ਮਰਵਾਏ ਮੱਸਾ ਰੰਗੜ ਰਹਿਓ ਮੰਡਿਆਲੇ ਤੇ ਮੰਡਿਆਲੇ ਦਾ ਚੌਧਰੀ ਮੱਸਾ ਰੰਗੜ ਸਿੱਖਾਂ ਦਾ ਬੜਾ ਪੱਕਾ ਵੈਰੀ ਸੀ ਕਰੈ ਬੇਅਦਬੀ ਆਏ ਦਰਬਾਰ ਹੈ ਨਾਲੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਚ ਮੰਜੇ ਡਾਹ ਕੇ ਹੁੱਕੇ ਪੀਂਦਾ ਸੀ ਦੋਹਰਾ ਸਾਹਿਬ ਰਾਏ ਸੰਧੂ ਹੁਤੋ ਬਸੈ ਨੁਸ਼ਹਿਰੇ ਗਾਏ ਔਰ ਨੁਸ਼ਹਿਰੇ ਪਿੰਡ ਵਿੱਚ ਸਾਹਿਬ ਰਾਏ ਸੰਧੂ ਜਿਹਦਾ ਪਿੱਛੇ ਜ਼ਿਕਰ ਆਇਆ ਜਿਹਨੇ ਭਾਈ ਤਾਰਾ ਸਿੰਘ ਡਲਮਾਂ ਵਾਲੇ ਸ਼ਹੀਦ ਕਰਾਏ ਉਹ ਉੱਥੇ ਦਾ ਚੌਧਰੀ ਸੀ ਫੜ ਫੜ ਸਿੰਘਨ ਵਹਿ ਕੱਟੈ ਸਿਰ ਦੇ ਲਾਹੌਰ ਪਹੁੰਚਾਏ ਉਹ ਸਿੰਘਾਂ ਦੇ ਸਿਰ ਵੱਢ ਵੱਢ ਕੇ ਲਾਹੌਰ ਪਹੁੰਚਾਉਂਦੇ ਸੀ ਜਿੰਨੇ ਵੀ ਇਹ ਕਰਮਾ ਛੀਮਾ ਰਾਮਾ ਰੰਧਾਵਾ ਸਾਹਿਬ ਰਾਏ ਇਹ ਮੱਸਾ ਰੰਗੜ ਇਹ ਸਰਕਾਰ ਦੇ ਸਮਝੋ ਉਸ ਵੇਲੇ ਦੇ ਵੱਡੇ ਟੌਟ ਮੁਖਬਰ ਸਨ ਚੌਧਰੀ ਲੋਕ ਇਹ ਸਿੱਖਾਂ ਦੇ ਵੈਰੀ ਬਣ ਗਏ ਸਨ ਚਾਉ ਪਈ ਤਾਰੂ ਸਿੰਘ ਪਰ ਚੁਗਲੀ ਖਾਈ ਇਹਨਾਂ ਨੇ ਤਾਰੂ ਸਿੰਘ ਤੇ ਚੁਗਲੀ ਖਾ ਕੇ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਾਇਆ ਸੀ ਤੁਰਕਾਂ ਕੀ ਉਹਨ ਫੌਜ ਮੰਗਾਈ ਔਰ ਤੁਰਕਾਂ ਦੀ ਫੌਜ ਮੰਗਵਾ ਕੇ ਤਾਰੂ ਸਿੰਘ ਨੂੰ ਪਕੜਾਇਆ ਸੀ ਆਏ ਤੁਰਕਾਂ ਸੋ ਲਇਓ ਗਹਾਏ ਤੁਰਕਾਂ ਨੇ ਤਾਰੂ ਸਿੰਘ ਨੂੰ ਫੜਿਆ ਸੀ ਲਾਹੌਰ ਮੱਧ ਸੋ ਦਿਓ ਪਹੁੰਚਾਏ ਲਾਹੌਰ ਦੇ ਵਿੱਚ ਸਾਧ ਸੰਗਤ ਜੀ ਭਾਈ ਤਾਰੂ ਸਿੰਘ ਜੀ ਗਏ ਸੀਗੇ ਇਹਨਾਂ ਦਿਨਾਂ ਦੀ ਇਹ ਦਾਸਤਾਨ ਬੜੀ ਖੂਨ ਦੀ ਭਿੱਜੀ ਹੋਈ ਹੈ ਜਦੋਂ ਆਪਣੇ ਵੀ ਵੈਰੀ ਬਣ ਗਏ ਤੇ ਬਗਾਨੇ ਤਾਂ ਹੈ ਹੀ ਸੀਗੇ ਫਿਰ ਕੌਣ ਉਸ ਵੇਲੇ ਇਸ ਪੰਥ ਨੂੰ ਬਚਾਉਣ ਵਾਲਾ ਸੀ ਕਲਗੀਆਂ ਵਾਲਾ ਪਾਤਸ਼ਾਹੀ ਸੀ ਗੁਰੂ ਦੇ ਭਰੋਸੇ ਦੇ ਸਿੰਘ ਟਾਈਮ ਕੱਟ ਰਹੇ ਸਨ
ਉਹ ਕਥਾ ਅਗਲੇ ਪ੍ਰਕਰਣਾਂ 'ਚ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸੰਗਤ ਇਸ ਚੈਨਲ 'ਤੇ ਨਵੀਂ ਆਈ ਹੈ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਅਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ ਜੀ।